ਗੁੱਡ ਈਵਨਿੰਗ ਸਟੂਡੈਂਟਸ ਮਾਈਸੈਲਫ ਜਤਿਨ ਬਾਂਸਲ ਟੂਡੇ ਵੀ ਵਿਲ ਡਿਸਕਸ ਸੈੱਟ 5 ਆਫ ਪੰਜਾਬ ਪ੍ਰੀਵੀਅਸ ਇਅਰ ਪੇਪਰਸ ਇਸ ਸੈੱਟ ਦੇ ਵਿੱਚ ਆਪਾਂ 25 ਆਪਾਂ ਕੁਐਸਚਨ ਡਿਸਕਸ ਕਰਾਂਗੇ ਬਹੁਤ ਹੀ ਅੱਛੀ ਸੀਰੀਜ਼ ਚੱਲ ਰਹੀ ਹੈ ਪੰਜਾਬ ਪ੍ਰੀਵੀਅਸ ਇਅਰ ਐਗਜ਼ਾਮਸ ਦੀ ਜੋ ਵੀ ਆਪਣੇ ਜਰਨਲ ਅਵੇਅਰਨੈਸ ਦੇ ਐਗਜ਼ਾਮ ਹਰ ਇੱਕ ਪੰਜਾਬ ਦੇ ਐਗਜ਼ਾਮ ਵਿੱਚ ਕੁਐਸਚਨ ਆਏ ਹੋਏ ਨੇ ਉਹ ਮੈਂ ਇਸ ਸੀਰੀਜ਼ ਦੇ ਵਿੱਚ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾ 2500 ਪਲੱਸ ਐਮਸੀਕਿਊ ਦੀ ਇਹ ਵਾਲੀ ਸੀਰੀਜ਼ ਹੈ ਆਪਾਂ ਹਰ ਇੱਕ ਸੈੱਟ ਦੇ ਵਿੱਚ 25 ਕੁਐਸਚਨਸ ਡਿਸਕਸ ਕਰ ਰਹੇ ਹਾਂ ਜਿਸ ਦੇ ਨਾਲ ਤੁਹਾਨੂੰ ਮਤਲਬ ਸਟੈਟਿਕ ਇਨਫੋਰਮੇਸ਼ਨ ਵੀ ਨਾਲ-ਨਾਲ ਹਰ ਇੱਕ ਕੁਐਸਚਨ ਦੀ ਐਕਸਪਲੇਨੇਸ਼ਨ ਬਹੁਤ ਹੀ ਅੱਛੀ ਤਰੀਕੇ ਨਾਲ ਮਿਲਦੀ ਰਹੂਗੀ ਇਹ ਜੋ ਇਗਜ਼ਾਮ ਨੇ ਆਪਣੇ ਪੰਜਾਬ ਸਰਕਾਰ ਦੁਆਰਾ ਜਿਵੇਂ ਪੀਐਸਪੀਸੀਐਲ ਦੇ ਇਗਜ਼ਾਮ ਹੋਏ ਨੇ ਪਟਵਾਰੀ ਦੇ ਇਗਜ਼ਾਮ ਹੋਏ ਨੇ ਪੀਐਸ ਟੈਟ ਦੇ ਇਗਜ਼ਾਮ ਹੁੰਦੇ ਨੇ ਪੰਜਾਬ ਮੰਡੀ ਬੋਰਡ ਦੇ ਇਗਜ਼ਾਮ ਹੁੰਦੇ ਨੇ ਸੀਨੀਅਰ ਅਸਿਸਟੈਂਟ ਆਪਣਾ ਪੀਪੀਐਸਸੀ ਹੈ ਪੀ ਟ੍ਰਿਪਲ ਐਸ ਵੀ ਬੋਰਡ ਹੈਗਾ ਤਾਂ ਜੋ ਵੀ ਆਪਣੇ ਪੰਜਾਬ ਦੇ ਵਿੱਚ ਪੁੱਡਾ ਹੈਗਾ ਆਪਣੇ ਪੇਪਰ ਆਰਗੇਨਾਈਜ਼ ਕਰਦੇ ਹੈਗੇ ਨੇ ਤਾਂ ਉਹ ਸਾਰੇ ਪੇਪਰ ਦੀ ਕਲੈਕਸ਼ਨ ਬਸ ਇਸ ਸੀਰੀਜ਼ ਦੇ ਵਿੱਚ ਹੈਗੀ ਆ ਤੁਸੀਂ ਜੇ ਇਹ ਕੁਐਸਚਨ ਇੱਕ ਚੰਗੀ ਤਰੀਕੇ ਨਾਲ ਥੋਨੇ ਪ੍ਰਿਪੇਅਰ ਕਰ ਲਏ ਤਾਂ ਮੈਂ ਕਹਿ ਸਕਦਾ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੋ ਵੀ ਐਗਜ਼ਾਮ ਪੰਜਾਬ ਦਾ ਦੇ ਰਹੇ ਜੀਕੇ ਦੇ ਵਿੱਚ ਤੁਹਾਨੂੰ ਮਾਰ ਨਹੀਂ ਪਏਗੀ ਠੀਕ ਹੈ ਨਾ ਤਾਂ ਤੁਸੀਂ ਇਹ ਬਸ ਆਪਣਾ ਤਰੀਕੇ ਨਾਲ ਪੜਦੇ ਰਿਹਾ ਕਰੋ ਤੇ ਬਸ ਆਪਣਾ ਅੱਗੇ ਦੇ ਅੱਗੇ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਚਲੋ ਅੱਜ ਦਾ ਸੈਸ਼ਨ ਸਟਾਰਟ ਕਰਦੇ ਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਕਰਦਾ ਕਰੋ ਲਿੰਕ ਨੂੰ ਵੀ ਤਾਂ ਜੋ ਵੱਧ ਤੋਂ ਵੱਧ ਸਟੂਡੈਂਟਸ ਲਵੇ ਇੱਕ ਅੱਛਾ ਡਾਟਾ ਪਹੁੰਚ ਸਕੇ ਤੇ ਮੈਂ ਬਸ ਇੰਨੀ ਗੱਲ ਤੁਹਾਨੂੰ ਕਹਿਣਾ ਵੀ ਤੁਹਾਨੂੰ ਬਾਰ-ਬਾਰ ਕਰੋਸ ਚੈੱਕ ਕਰਨ ਦੀ ਲੋੜ ਨਹੀਂ ਕਿਸੇ ਵੀ ਕੁਐਸਚਨ ਦੀ ਮੈਂ ਹਰ ਇੱਕ ਕੁਐਸਚਨ 100% ਸ਼ਿਉਰਟੀ ਦੇ ਨਾਲ ਚੈੱਕ ਕਰਦਾ ਹਾਂ ਠੀਕ ਹੈ ਨਾ ਤਾਂ ਤੁਹਾਡੇ ਕੋਲ ਜੋ ਵੀ ਆਨਸਰ ਪਹੁੰਚ ਰਿਹਾ ਹੈਗਾ ਬਹੁਤ ਹੀ 100% ਬਿਲਕੁਲ ਟਰੂ ਆਨਸਰ ਹੈਗਾ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਮੇਰਾ ਸਭ ਕੁਝ ਸਰਚ ਕੀਤਾ ਹੋਇਆ ਹੈਗਾ ਠੀਕ ਹੈ ਨਾ ਤਾਂ ਬਦਦਰਵਾਦ ਤੁਹਾਨੂੰ ਇਨਫੋਰਮੇਸ਼ਨ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਦਾ ਹੁੰਨਾ ਓਕੇ ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਆਂ ਸੈਟ 5 ਸਟਾਰਟ ਕਰਦੇ ਆਂ ਆਪਾਂ ਚਲੋ ਫਰਸਟ ਕੁਐਸਚਨ ਵੇਅਰ ਡਿਡ ਗੁਰੂ ਨਾਨਕ ਦੇਵ ਜੀ ਫਾਈਨਲੀ ਸੈਟਲਡ ਡਾਊਨ ਤਾਂ ਜਿਹੜੇ ਆਪਣੇ ਗੁਰੂ ਨਾਨਕ ਦੇਵ ਜੀ ਸੀਗੇ ਫਰਸਟ ਗੁਰੂ ਜੀ ਆਪਣੇ ਸਿੱਖੀਜ਼ਮ ਦੇ ਤਾਂ ਆਪਣੇ ਲਾਸਟ ਸਮੇਂ ਦੇ ਵਿੱਚ ਕਿੱਥੇ ਸੈਟਲਡ ਡਾਊਨ ਹੋਏ ਸੀ ਯੂ نو ਵੈਰੀ ਵੈਲ ਆਪਣੇ ਗੁਰੂ ਨਾਨਕ ਦੇਵ ਜੀ ਦਾ ਬਰਥ 1469 ਦੇ ਵਿੱਚ ਹੋਇਆ ਸੀਗਾ ਤੇ ਗੁਰੂ ਜੀ ਜੋਤੀ ਜੋਤ ਕਦੋਂ ਸਮਾਏ ਸੀਗੇ ਆਪਣਾ 1539 ਦੇ ਵਿੱਚ ਕਿਹੜੇ ਸ਼ਹਿਰ ਵਿੱਚ ਜੋਤੀ ਜੋਤ ਸਮਾਏ ਸੀਗੇ ਕਰਤਾਰਪੁਰ ਸਾਹਿਬ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈਗਾ ਤਾਂ ਕਰਤਾਰਪੁਰ ਦੇ ਵਿੱਚ ਜਾ ਕੇ ਸੈਟਲਡ ਆਊਨ ਹੋ ਗਏ ਸੀਗੇ ਆਪਣੇ ਲਾਸਟ ਸਮੇਂ ਦੇ ਵਿੱਚ ਗੁਰੂ ਜੀ ਓਕੇ ਤਾਂ ਦੈਟਸ ਆਪਰ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਕਰਤਾਰਪੁਰ ਦੇ ਵਿੱਚ ਗੁਰੂ ਜੀ ਲਾਸਟ ਸਮੇ ਸੈਟਲਡ ਆਊਨ ਹੋਏ ਸੀਗੇ ਚਲੋ ਨੈਕਸਟ ਕੁਐਸਚਨ ਸੈਕਿੰਡ ਕੁਐਸਚਨ ਕਰਦੇ ਆਂ ਵੈਨ ਵਾਸ ਗੁਰੂ ਤੇਗ ਬਹਾਦਰ ਐਗਜ਼ੀਕਿਊਟਡ ਦਾ ਗੁਰੂ ਤੇਗ ਬਹਾਦਰ ਜੀ ਨੂੰ ਐਗਜ਼ੀਕਿਊਟ ਕਿਹੜੇ ਇਅਰ ਦੇ ਵਿੱਚ ਕੀਤਾ ਹੋਇਆ ਸੀਗਾ ਜਿਹੜਾ ਆਪਣੇ 9th ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਐਗਜ਼ੀਕਿਊਟ ਕਿਹੜੇ ਇਅਰ ਦੇ ਵਿੱਚ ਕੀਤਾ ਗਿਆ ਸੀਗਾ ਤੁਹਾਨੂੰ ਪੜਿਆ ਹੋਊਗਾ ਆਪਾਂ ਦਾ ਪੰਜਾਬ ਤੋਂ ਬਿਲੋਂਗ ਕਰਦਾ ਏ ਡੀਅਰ ਸਾਰੇ ਜਣੇ ਗੁਰੂਆਂ ਬਾਰੇ ਆਪਾਂ ਨੂੰ ਪਤਾ ਹੀ ਹੈਗਾ ਤਾਂ 1675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਜਿਹੜਾ ਆਪਾਂ ਕਹਿੰਦੇ ਆ ਅੱਜ ਉੱਥੇ ਜਿਹੜਾ ਗੁਰਦੁਆਰਾ ਹੈਗਾ ਸ਼ੀਸ਼ਗੰਜ ਉਸ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਕਟਿਆ ਗਿਆ ਸੀਗਾ ਮਤਲਬ ਐਗਜ਼ੀਕਿਊਟ ਕੀਤਾ ਗਿਆ ਸੀਗਾ イヤー ਹੈਗਾ 1675イヤー ਹੈਗਾ ਤਾਂ बी অপশন 1675 ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਜੇਕਰ ਤੁਸੀਂ ਮੈਨੂੰ ਧਿਆਨ ਦੇ ਨਾਲ ਸੁਣ ਰਹੇ ਹੋ ਤਾਂ ਮੈਨੂੰ ਇਹ ਆਨਸਰ ਦੋ ਵੀ ਗੁਰੂ ਤੇਗ ਬਹਾਦਰ ਜੀ ਨੂੰ ਐਗਜ਼ੀਕਿਊਟ ਕਿਸ ਮੁਗਲ ਬਾਦਸ਼ਾ ਨੇ ਕੀਤਾ ਸੀਗਾ ਤਾਂ ਇਸ ਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਵਿਕੇਰੇ ਮੁਗਲ ਬਾਦਸ਼ਾ ਨੇ ਗੁਰੂ ਆਪਣੇ ਤੇਗ ਬਹਾਦਰ ਜੀ ਨੂੰ ਐਗਜ਼ੀਕਿਊਟ ਕੀਤਾ ਸੀਗਾ ਓਕੇ ਨੈਕਸਟ ਆਡੈਂਟੀਫਾਈ ਦੀ ਲੀਡਰ ਆਫ ਦੀ ਦਲ ਖਾਲਸਾ ਤਾਂ ਦਲ ਖਾਲਸਾ ਦਾ ਇਹਨਾਂ ਦੇ ਵਿੱਚੋਂ ਲੀਡਰ ਆਡੈਂਟੀਫਾਈ ਕਰੋ ਵੀ ਕਿਹੜਾ ਸੀਗਾ ਲੀਡਰ ਦਲ ਖਾਲਸਾ ਇੱਕ ਬਹੁਤ ਹੀ ਪੁਰਾਣੀ ਆਰਗੇਨਾਈਜੇਸ਼ਨ ਸੀਗੀ ਦੇਖੋ ਜੇ ਤੁਸੀਂ ਗੂਗਲ ਤੇ ਸਰਚ ਮਾਰੋਗੇ ਦਲ ਖਾਲਸਾ ਉਹ ਇੱਕ ਹੋਰ ਆਰਗੇਨਾਈਜੇਸ਼ਨ ਓਪਨ ਕਰ ਦਿੰਦਾ ਜਿਹੜੀ ਇੱਕ ਨਿਊ ਹੈਗੀ ਐ ਇੱਕ ਪਹਿਲਾਂ ਦੀ ਇੱਕ ਦਲ ਖਾਲਸਾ ਇੱਕ ਪੁਰਾਣੀ ਆਰਗੇਨਾਈਜੇਸ਼ਨ ਸੀਗੀ ਇਹ ਆਪਣੀ 19th ਸੈਂਚਰੀ ਦੀ ਮਤਲਬ 1800 ਪਲੱਸ ਸਨ ਦੀ ਤਾਂ ਉਸ ਸਮੇਂ ਜੇ ਆਪਾਂ ਦਲ ਖਾਲਸਾ ਦੀ ਗੱਲ ਕਰੀਏ ਉਸ ਦਾ ਜਿਹੜਾ ਮਤਲਬ ਮੇਨ ਲੀਡਰ ਸੀਗਾ ਉਹ ਜੱਸਾ ਸਿੰਘ ਆਲੂਵਾਲੀਆ ਸੀਗਾ ਜਿਹੜਾ ਆਲੂਵਾਲੀਆ ਮਿਸਲ ਦੇ ਸੀਗੇ ਜੱਸਾ ਸਿੰਘ ਆਲੂਵਾਲੀਆ ਇਨਾਂ ਨੇ ਇਹ ਸੀਗੇ ਦਲ ਖਾਲਸਾ ਦੇ ਮੇਨ ਲੀਡਰ ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਕਰੋਗੇ ਦੇਖੋ ਕਿੰਨੇ ਅੱਛੇ ਅੱਛੇ ਕੁਐਸਚਨ ਨੇ ਸਾਰੇ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਨੇ ਦੈਟਸ ਵਾਈ ਕਹ ਰਿਹਾ ਤੁਸੀਂ ਆਪਣੇ ਨੋਟਸ ਬਣਾਉਣੇ ਸਟਾਰਟ ਕਰੋ ਬਹੁਤ ਹੀ ਅੱਛੀ ਕਲੈਕਸ਼ਨ ਹੈਗੀ ਹੈ ਤਾਂ ਬਸ ਅੱਗੇ ਦੇ ਅੱਗੇ ਵੀਡੀਓਜ਼ ਨੂੰ ਸ਼ੇਅਰ ਕਰੋ ਵੀ ਤਾਂ ਜੋ ਜਿਆਦਾ ਤੋਂ ਜਿਆਦਾ ਸਟੂਡੈਂਟਸ ਲਵੇ ਇਹ ਬਲਾ ਇੱਕ ਅੱਛਾ ਡਾਡਾ ਪਹੁੰਚ ਸਕੇ ਤੇ ਉਹ ਇੱਕ ਆਪਣੇ ਇੱਕ ਡ੍ਰੀਮ ਪੂਰਾ ਕਰ ਸਕਣ ਗਵਰਨਮੈਂਟ ਜੌਬ ਦਾ ਠੀਕ ਹੈ ਚਾ ਚਲੋ ਨੈਕਸਟ ਕੁਐਸਚਨ ਆਪਾਂ ਕਰਦੇ ਆ ਫੋਰਥ ਕੁਐਸਚਨ ਹਾਂਜੀ ਵੈਨ ਰਣਜੀਤ ਸਿੰਘ ਵਾਸ ਡਿਕਲੇਅਰਡ ਦੀ ਮਹਾਰਾਜਾ ਆਫ ਪੰਜਾਬ ਤਾਂ ਰਣਜੀਤ ਸਿੰਘ ਜੀ ਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ ਸੀਗਾ ਪੰਜਾਬ ਦਾ ਉਹ ਕਿਹੜੇ ਇਅਰ ਦੇ ਵਿੱਚ ਕੀਤਾ ਸੀਗਾ ਤਾਂ ਬਹੁਤ ਵਾਰੀ ਤੁਸੀਂ ਰੰਜੀਤ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਸੁਨਿਆ ਹੋਵੇ ਤਾਂ ਦੇਖੋ ਸ਼ਾਇਦ ਕਿਸੇ ਨੂੰ ਆਨਸਰ ਪਤਾ ਹੋਵੇ ਤਾਂ ਕਿਸ ਇਅਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜਾ ਕਹਿਤਾ ਸੀਗਾ ਆਪਣੇ ਪੰਜਾਬ ਦਾ ਤਾਂ ਉਹ ਇਅਰ ਸੀਗਾ ਆਪਣਾ 1801 ਇਅਰ ਤਾਂ ਬੀ ਆਪਸ਼ਨ 1801 ਦੇ ਉੱਤੇ ਤੁਸੀਂ ਟਿਕ ਲਾਉਂਗੇ ਮਹਾਰਾਜਾ ਰਣਜੀਤ ਸਿੰਘ ਨੇ 1801 ਦੇ ਵਿੱਚ ਆਪਣਾ ਮਹਾਰਾਜੇ ਦਾ ਟਾਈਟਲ ਲਿਆ ਸੀਗਾ ਠੀਕ ਹੈ ਤਾਂ ਬਹੁਤ ਹੀ ਫੇਮਸ ਮਹਾਰਾਜਾ ਰਣਜੀਤ ਸਿੰਘ ਤੁਹਾਨੂੰ ਪਤਾ ਹੀ ਹੈ ਜੇ ਤੁਹਾਨੂੰ ਪਤਾ ਹੋਵੇ ਨਾ ਇੱਕ ਕਮੈਂਟ ਸੈਕਸ਼ਨ 'ਚ ਅਨਸਰ ਦਿਓ ਵੀ ਮਹਾਰਾਜਾ ਰਣਜੀਤ ਸਿੰਘ ਆਪਣੇ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਨੇ ਮੈਂ ਪ੍ਰੀਵੀਅਸ ਦੱਸਿਆ ਹੋਇਆ ਇੱਕ ਸੈੱਟ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਤੋਂ ਬਿਲੋਂਗ ਕਰਦੇ ਨੇ ਇਸ ਦਾ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਓਕੇ ਨੈਕਸਟ ਹਾਂਜੀ ਹੂ ਵਾਸ ਅਪੋਇੰਟਡ ਦੀ ਪ੍ਰੈਜ਼ੀਡੈਂਟ ਆਫ ਦੀ ਬੋਰਡ ਆਫ ਐਡਮਿਨਿਸਟ੍ਰੇਸ਼ਨ ਇਨ ਦੀ ਪੰਜਾਬ ਤਾਂ ਬੋਰਡ ਆਫ ਐਡਮਿਨਿਸਟ੍ਰੇਸ਼ਨ ਇਨ ਪੰਜਾਬ ਜੇ ਤੁਹਾਨੂੰ ਪਤਾ ਹੋਵੇ ਆਪਣੇ ਪੰਜਾਬ ਦੇ ਉੱਤੇ ਅੰਗਰੇਜ਼ਾਂ ਨੇ ਬ੍ਰਿਟਿਸ਼ ਨੇ ਕਬਜ਼ਾ ਅਨੈਕਸਟ ਕਹਿ ਦਿੰਦੇ ਨੇ ਕਬਜ਼ੇ ਨੂੰ ਅਨੈਕਸਟ ਕੀਤਾ ਤਾਂ ਕਿਹੜੇ ਇਅਰ ਦੇ ਵਿੱਚ ਕੀਤਾ ਸੀ 1849 ਦੇ ਵਿੱਚ ਕੀਤਾ ਸੀ 1849 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਆਪਣੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀ ਠੀਕ ਹੈ ਤਾਂ ਜਦੋਂ ਹੁਣ ਬ੍ਰਿਟਿਸ਼ ਗਵਰਨਮੈਂਟ ਦਾ ਹੀ ਕਬਜ਼ਾ ਹੋ ਗਿਆ ਆਪਣੇ ਪੰਜਾਬ ਦੇ ਉੱਤੇ ਤਾਂ ਉਹ ਹੁਣ ਉਹਦੀ ਐਡਮਿਨਿਸਟ੍ਰੇਸ਼ਨ ਵੀ ਕਿਹਦੇ ਲਵੇ ਆਉਗੀ ਤਾਂ ਬ੍ਰਿਟਿਸ਼ ਗਵਰਨਮੈਂਟ ਲਵੇ ਹੀ ਆਉਗੀ ਨਾ ਤਾਂ ਬ੍ਰਿਟਿਸ਼ ਗਵਰਨਮੈਂਟ ਨੇ ਜਿਹੜਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਇਆ ਪੰਜਾਬ ਦਾ ਉਹਦਾ ਪ੍ਰੈਜ਼ੀਡੈਂਟ ਕਹਿੰਦਾ ਕਿ ਨੂੰ ਨਿਯੁਕਤ ਕੀਤਾ ਸੀਗਾ ਤਾਂ ਉਹ ਪ੍ਰੈਜ਼ੀਡੈਂਟ ਸੀਗਾ ਆਪਣਾ ਹੈਨਰੀ ਲਾਰੈਂਸ ਤਾਂ ਹੈਨਰੀ ਲਾਰੈਂਸ 1849 ਦੇ ਵਿੱਚ ਆਪਣੇ ਪੰਜਾਬ ਦਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਇਨ ਦੀ ਪੰਜਾਬ ਨਿਯੁਕਤ ਕੀਤਾ ਗਿਆ ਸੀਗਾ ਇਸ ਤੋਂ ਬਾਅਦ ਆਪਣਾ ਜੌਨ ਲਾਰੈਂਸ ਨੂੰ ਨਿਯੁਕਤ ਕੀਤਾ ਗਿਆ ਸੀਗਾ ਫਿਰ ਇਹ ਵਾਲੀ ਨਾ ਪੋਸਟ ਹੀ ਖਤਮ ਕਰਤੀ ਸੀ ਬੋਰਡ ਆਫ ਐਡਮਿਨਿਸਟ੍ਰੇਸ਼ਨ ਦੀ ਉਸ ਤੋਂ ਬਾਅਦ ਇੱਕ ਹੋਰ ਪੋਸਟ ਬਣਾਈ ਗਈ ਸੀ ਤੁਸੀਂ ਆਪਣਾ ਸਰਚ ਮਾਰ ਸਕਦੇ ਹੋ ਵੀ ਇਹ ਕਿਹੜੀਆਂ ਪੋਸਟਾਂ ਰਹੀਆਂ ਨੇ ਆਪਣੇ ਪ੍ਰੀਵੀਅਸ ਓਕੇ ਨੈਕਸਟ ਤਾਂ ਇਹ অপਸ਼ਨ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਬਹੁਤ ਹੀ ਅੱਛੀ ਕਲੈਕਸ਼ਨ ਹੈ ਗਿਆ ਹੋਪ ਕਰਦਾ ਤੁਸੀਂ ਸੈਸ਼ਨ ਨੂੰ ਬਹੁਤ ਇੰਜੋਏ ਕਰ ਰਹੇ ਹੋਵੋਗੇ ਤਾਂ ਤੁਹਾਨੂੰ ਕੁਐਸਚਨ ਦੀ ਕਲੈਕਸ਼ਨ ਬਹੁਤ ਅੱਛੀ ਲੱਗ ਰਹੀ ਹੋਗੀ ਮੈਂ ਬਾਰ ਬਾਰ ਕਹਿ ਰਿਹਾ ਸਾਰੇ ਪ੍ਰੀਵੀਅਸ ইয়ার ਹੀ ਕੁਐਸਚਨਸ ਨੇ ਹੁਣ ਤੁਸੀਂ ਦੇਖ ਲਓ ਤੁਹਾਨੂੰ ਕਿੰਨੀ ਕੀ ਪ੍ਰੀਪਰੇਸ਼ਨ ਹੈ ਆਪਣੇ ਪੰਜਾਬ ਦੇ ਐਗਜ਼ਾਮਸ ਦੀ ਆਪਾਂ ਸਾਰਾ ਦਿਨੇ ਕਹਿੰਦੇ ਰਹਿੰਦੇ ਆ ਵੀ ਸਾਨੂੰ ਜੌਬ ਚਾਹੀਦੀ ਹੈ ਜੌਬ ਚਾਹੀਦੀ ਹੈ ਜੌਬ ਚਾਹੀਦੀ ਹੈ ਬਈ ਜੌਬ ਜੇ ਚਾਹੀਦੀ ਹੈ ਆਪਣੀ ਪ੍ਰੀਪਰੇਸ਼ਨ ਤਾਂ ਦੇਖ ਲਓ ਨਾ ਕਿਸ ਲੈਵਲ ਦੀ ਹੈਗੀ ਹੈ ਇੱਕ ਇੱਕ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਪੰਜਾਬ ਐਗਜ਼ਾਮ ਦੇ ਕੋਈ ਵੀ ਤੁਸੀਂ ਐਗਜ਼ਾਮ ਦੇ ਰਹੇ ਹੋ ਠੀਕ ਹੈ ਨਾ ਤਾਂ ਦੈਟਸ ਵੈ ਕਹਿ ਰਹਾ ਬਹੁਤ ਅੱਛੀ ਸਟੱਡੀ ਕਰੋ ਹਾਰਡ ਵਰਕ ਬਹੁਤ ਜ਼ਿਆਦਾ ਕਰੋ ਇੱਕ ਇੱਕ ਜੋ ਵੀ ਤੁਸੀਂ ਪੜ੍ਹਦੇ ਹੋ ਉਸ ਦੀ ਰਿਵੀਜ਼ਨ ਪੱਕੀ ਕਰੋ ਵੀ ਤਾਂ ਜੋ ਤੁਸੀਂ ਇੱਕ ਰੈਂਕ ਲੈ ਸਕੋ ਰੈਂਕ ਲੈਣਾ ਜ਼ਰੂਰੀ ਹੈ ਕਲੀਅਰ ਤਾਂ ਸਾਰੀ ਦੁਨੀਆ ਕਰ ਜਾਂਦੇ ਐ ਐਗਜ਼ਾਮਸ ਨੂੰ ਠੀਕ ਹੈ ਨਾ ਤਾਂ ਰੈਂਕ ਲੋ ਹੀ ਰੈਂਕ ਤਾਂ ਉਹਦੇ ਵਾਸਤੇ ਹਾਰਡ ਵਰਕ ਤੁਹਾਨੂੰ ਕਰਨਾ ਹੀ ਪੈਣਾ ਓਕੇ ਨੈਕਸਟ ਬਹੁਤ ਹੀ ਫੇਮਸ ਹੂ ਇਜ਼ ਅ ਐਸੋਸੀਏਟਡ ਵਿਦ ਦੀ ਅਗਰੀਰੀਅਨ ਅਨਰੈਸਟ ਆਫ 1907 ਇਨ ਪੰਜਾਬ ਤਾਂ ਪੰਜਾਬ ਦੇ ਵਿੱਚ ਕੋਈ ਅਗਰੀਰੀਅਨ ਅਨਰੈਸਟ ਹੋਈ ਸੀ 1907 ਦੇ ਵਿੱਚ ਤਾਂ ਇਹ ਵੀ ਕੁਐਸਚਨ ਆ ਸਕਦਾ ਹੈ ਵੀ ਅਗਰੀਰੀਅਨ ਅਨਰੈਸਟ 1907 ਦੇ ਵਿੱਚ ਕਿਹੜੇ ਹਿੱਸੇ ਵਿੱਚ ਸੀ ਪੰਜਾਬ ਦੇ ਵਿੱਚ ਜਾਂ ਅਗਰੀਰੀਅਨ ਅਨਰੈਸਟ ਕਿਹੜੇ ਇਅਰ ਦੇ ਵਿੱਚ ਹੋਈ ਸੀਗੀ 1907 ਦੇ ਵਿੱਚ ਹੋਈ ਸੀ ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਪਰਸਨ ਐਸੋਸੀਏਟ ਕਰਦਾ ਹੈਗਾ ਤਾ ਆਪਸ਼ਨ ਦੇ ਅਕੋਰਡਿੰਗ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਸਰਦਾਰ ਅਜੀਤ ਸਿੰਘ ਅਗਰੀਰੀਅਨ ਅਨਰੈਸਟ 1907 ਦੇ ਨਾਲ ਡੀਲ ਕਰਦਾ ਤਾਂ ਬੇਸਿਕਲੀ ਦੋ ਪਰਸਨ ਸੀਗੇ ਜਿਨ੍ਹਾਂ ਦਾ ਮੇਨ ਨਾਮ ਆ ਰਿਹਾ ਅਗਰੀਰੀਨ ਅਨਰੈਸਟ ਦੇ ਲਈ ਤਾਂ ਉਹ ਦੋ ਪਰਸਨ ਇੰਪੋਰਟੈਂਟ ਲੀਡਰ ਜਿਹੜੇ ਸੀਗੇ ਆਪਣੇ ਲਾਲਾ ਲਾਜਪਤਰਾਏ ਜੀ ਸੀਗੇ ਤੇ ਆਪਣੇ ਸਰਦਾਰ ਅਜੀਤ ਸਿੰਘ ਅਮੰਗ ਅਦਰਸ ਤਾਂ ਜਿਹੜੇ ਮੇਨ ਇੰਪੋਰਟੈਂਟ ਲੀਡਰਸ ਸੀਗੇ ਇਸ ਅਗਰੇਡੀਅਨ ਅਨਰੈਸਟ ਦੇ ਵਿੱਚੋਂ ਲਾਲਾ ਲਾਜਪਤਰਾਏ ਜੀ ਸੀਗੇ ਤੇ ਸਰਦਾਰ ਅਜੀਤ ਸਿੰਘ ਜੀ ਸੀਗੇ ਤਾਂ ਇਹ ਬੇਸਿਕਲੀ ਕਿਉਂ ਚਲਾਈ ਗਈ ਸੀ ਇਹ ਵਲੀ ਮੂਵਮੈਂਟ ਅਗੇਂਸਟ ਕਲੋਨੀਜੇਸ਼ਨ ਬਿਲ ਤਾਂ ਕਲੋਨੀਜੇਸ਼ਨ ਬਿਲ ਦੇ ਅਗੇਂਸਟ ਇਹ ਵਲੀ ਮਤਲਬ ਮੂਵਮੈਂਟ ਚਲਾਈ ਗਈ ਸੀ ਕਲੋਨੀਜੇਸ਼ਨ ਬਿਲ ਹੈ ਕੀ ਹੈ ਸਿੰਪਲ ਜਿਹਾ ਬਿਲ ਹੈਗਾ ਵੀ ਕੋਈ ਪਰਸਨ ਹੈਗਾ ਠੀਕ ਹੈ ਨਾ ਉਹਦੇ ਨਾਮ ਤੇ ਕੋਈ ਪ੍ਰਾਪਰਟੀ ਹੈਗੀ ਹੈ ਤਾ ਯੂ نو ਵੈਰੀ ਵੈਲ ਜਿਹੜਾ ਪਰਸਨ ਹੁੰਦਾ ਹੈ ਉਹਦੀ ਪ੍ਰਾਪਰਟੀ ਬਾਈ ਡਿਫਾਲਟ ਉਹਦੇ ਉਹਦੇ ਬੱਚਿਆਂ ਦੇ ਵਿੱਚ ਚਲੀ ਜਾਂਦੀ ਹੈ ਹਨਾ ਤਾਂ ਯੂ نو ਵੈਰੀ ਵੈਲ ਹੁਣ ਤੱਕ ਐਵੇਂ ਹੀ ਚੱਲਦਾ ਆ ਰਿਹਾ ਹੈ ਤਾਂ ਉਸ ਸਮੇਂ ਵੀ ਐਮਈਸੀ ਦਾ ਬਟ ਉਹਨਾਂ ਨੇ ਕੀ ਕਿਹਾ ਵੀ ਕਹਿੰਦਾ ਜਿਹੜੇ ਪਰਸਨ ਦੇ ਕੋਲ ਕੋਈ ਚਿਲड्रन ਨਹੀਂ ਹੋਊਗਾ ਉਹੀ ਚਿਲड्रन ਨਹੀਂ ਹੋਊਗਾ ਉਸਦੀ ਪ੍ਰਾਪਰਟੀ ਅਸੀਂ ਉਸਦੀ ਪ੍ਰਾਪਰਟੀ ਅਸੀਂ ਆਪਣੇ ਸਰਕਾਰੀ ਉਸ ਦੇ ਵਿੱਚ ਅੰਡਰ ਕਰ ਲਾਂਗੇ ਤੇ ਅਸੀਂ ਆਪਣੇ ਆਪ ਉਸਦੀ ਪ੍ਰਾਪਰਟੀ ਵੇਚ ਦੇਵਾਂਗੇ ओके ਤਾਂ ਇਸ ਪ੍ਰਾਪਰਟੀ ਇਹ ਪ੍ਰਾਪਰਟੀ ਦੇ ਚੱਕਰ ਦੇ ਵਿੱਚ ਮੂਵਮੈਂਟ ਚਲਾਈ ਗਈ ਸੀ ਵੀ ਇਹ ਤਾਂ ਗਲਤ ਗੱਲ ਹੋ ਰਹੀ ਹੈ ਉਸ ਦੇ ਜੇ ਚਲੋ ਬੱਚੇ ਨਹੀਂ ਹੈਗੇ ਹੋਰ ਵੀ ਰਿਸ਼ਤੇਦਾਰ ਹੁੰਦੇ ਨੇ ਜਿਸ ਦੇ ਨਾਮ ਤੇ ਪ੍ਰਾਪਰਟੀ ਕੀਤੀ ਜਾ ਸਕਦੀ ਹੈ ਠੀਕ ਹੈ ਤਾਂ ਇੱਕ ਕਲੋਨੀਜ਼ੇਸ਼ਨ ਬਿਲ ਦੇ ਅਗੇਂਸਟ ਸੀਗੀ ਅਸਲ ਦੇ ਵਿੱਚ ਤਾਂ ਆ ਅਗਰੀਰੀਅਨ ਅਨਰੈਸਟ ਆਪਣੇ ਪੰਜਾਬ ਵਿੱਚ 1907 ਦੇ ਵਿੱਚ ਮੂਵਮੈਂਟ ਲਾਲਾ ਲਾਜਪਤਰਾਏ ਤੇ ਸਰਦਾਰ ਅਜੀਤ ਸਿੰਘ ਜੀ ਨੇ ਚਲਾਈ ਸੀ ਬਿਲਕੁਲ ਓਕੇ ਨੈਕਸਟ ਹਾਂਜੀ ਹੂ ਵਾਸ ਲਾਸਟ ਪ੍ਰੀਮੀਅਰ ਆਫ ਯੂਨਾਈਟਿਡ ਪੰਜਾਬ ਤਾਂ ਯੂਨਾਈਟਿਡ ਪੰਜਾਬ ਦਾ ਲਾਸਟ ਪ੍ਰੀਮੀਅਰ ਪ੍ਰੀਮੀਅਰ ਦਾ ਮਤਲਬ ਕੀ ਹੁੰਦਾ ਬੇਸਿਕਲੀ ਆਪਾਂ ਕਹਿੰਦੇ ਨਾ ਪੀਐਮ ਕਹਿ ਦੇਣਾ ਇੱਕ ਤਰੀਕੇ ਦੇ ਨਾਲ ਤਾਂ ਪੰਜਾਬ ਦੇ ਵਿੱਚ ਜਿਹੜਾ ਪੋਸਟਾਂ ਬਣਾਈਆਂ ਜਾਂਦੀਆਂ ਸੀਗੀਆਂ 1849 ਤੋਂ ਬਾਅਦ ਤਾਂ ਇਹ ਪੋਸਟ ਆ ਜੇ ਤੁਸੀਂ ਧਿਆਨ ਦੇ ਨਾਲ ਦੇਖੋਗੇ ਜਾ ਕੇ ਆਪਣਾ Google ਦੇਵਤਾ ਦੇ ਉੱਤੇ ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਈ ਗਈ ਠੀਕ ਹੈ ਨਾ ਤਾਂ ਉਸ ਦੇ ਵਿੱਚ ਉਸਨੇ ਪੁੱਛਿਆ ਵੀ ਲਾਸਟ ਪ੍ਰੀਮੀਅਰ ਕਿਸ ਨੂੰ ਬਣਾਇਆ ਗਿਆ ਸੀਗਾ ਤਾਂ ਲਾਸਟ ਪ੍ਰੀਮੀਅਰ ਬਣਾਇਆ ਗਿਆ ਸੀਗਾ ਬੇਸਿਕਲੀ ਖিজਰ ਹਾਇਤ ਖਾਨ ਨੂੰ ਤਾਂ ਖিজਰ ਹਾਇਤ ਖਾਨ ਜਿਹੜਾ ਸੀਗਾ ਉਹ ਲਾਸਟ ਪ੍ਰੀਮੀਅਰ ਬਣਾਇਆ ਗਿਆ ਸੀ ইউনাইটেড ਪੰਜਾਬ ਦਾ ਬੇਸਿਕਲੀ ਆਪਾਂ ਕਹਿ ਸਕਦਾ ਹੈ 1900 ਸੰਤਾਲਿਕ ਦੀ ਹੀ ਗੱਲ ਐ ਜਦੋਂ ਆਪਣਾ ਪੰਜਾਬ ਅਲੱਗ ਹੋਣਾ ਸੀਗਾ ਈਸਟ ਪੰਜਾਬ ਤੇ ਵੈਸਟ ਪੰਜਾਬ ਆਪਣੇ ਅਲੱਗ ਹੋ ਰਹੇ ਸੀਗੇ ਠੀਕ ਹੈ ਨਾ ਤਾਂ ਦੋ ਹੀ ਪ੍ਰੀਮੀਅਰ ਬਣੇ ਸੀਗੇ ਮੇਨ ਤਾ ਸਭ ਤੋਂ ਪਹਿਲਾ ਪ੍ਰੀਮੀਅਰ ਜਿਹੜਾ ਸੀਗਾ ਉਹ ਸਿਕੰਦਰ ਹਾਇਤ ਖਾਨ ਸੀਗਾ ਤਾਂ ਸਿਕੰਦਰ ਹਾਇਤ ਖਾਨ ਪਹਿਲਾ ਪ੍ਰੀਮੀਅਰ ਬਣਿਆ ਸੀ ਮਤਲਬ ਪੀਐਮ ਬਣਿਆ ਸੀਗਾ ਪੰਜਾਬ ਦਾ ਤੇ ਉਸ ਵਾਸਤੇ ਜੇ ਤੁਹਾਨੂੰ ਕਹਵੇ ਲਾਸਟ ਕਿਹੜਾ ਬਣਿਆ ਸੀਗਾ ਤਾਂ ਉਹ ਕਿਹੜਾ ਬਣਿਆ ਸੀ ਖੇਜਰ ਹਾਇਤ ਖਾਨ ਬਣਿਆ ਸੀਗਾ ਤਾਂ ਸੀ ਆਪਸ਼ਨ ਬਹੁਤ ਹੀ ਅੱਛੇ ਕੁਐਸਚਨ ਐ ਸਕੋਰਿੰਗ ਕੁਐਸਚਨ ਨੇ ਮੋਸਟ ਆਫ ਸਟੂਡੈਂਟਸ ਨੂੰ ਇਸ ਦੇ ਆਨਸਰ ਨਹੀਂ ਪਤਾ ਹੁੰਦੇ ਠੀਕ ਹੈ ਨਾ ਤਾਂ ਹੋ ਸਕਦਾ ਆਉਣ ਵਾਲੇ ਐਗਜ਼ਾਮਾਂ ਦੇ ਵਿੱਚ ਕਿਤੇ ਵੀ ਇਹ ਅਪੀਅਰ ਹੋ ਜਾਣਗੇ ਕਿਉਂਕਿ ਤੁਹਾਨੂੰ ਪਤਾ ਰਿਪੀਟ ਦੇ ਉੱਤੇ ਇਹ ਕੁਐਸਚਨ ਆਉਂਦੇ ਹੀ ਰਹਿੰਦੇ ਹੁੰਦੇ ਨੇ ਠੀਕ ਹੈ ਤਾਂ ਆਪਣੀ ਪ੍ਰੀਪਰੇਸ਼ਨ ਅੱਛੇ ਤਰੀਕੇ ਨਾਲ ਕਰੋ ਨੈਕਸਟ ਹਾਂਜੀ ਤਾਂ ਟੋਟਲ ਨੰਬਰ ਆਫ ਈਅਰ ਬੋਨਸ ਇਨ ਹਿਊਮਨ ਤਾਂ ਹਿਊਮਨ ਦੇ ਵਿੱਚ ਕਿੰਨੀਆਂ ਈਅਰ ਬੋਨਸ ਹੁੰਦੀਆਂ ਨੇ ਜੇ ਤੁਹਾਨੂੰ ਪਤਾ ਹੋਵੇ ਇੱਕ ਕੰਨ ਦੇ ਵਿੱਚ ਤਿੰਨ ਹੁੰਦੀਆਂ ਨੇ ਤਾਂ ਉਹਨੇ ਇਅਰ ਬੌਂਸ ਕਿਹਾ ਸਿੰਪਲੀ ਤਾਂ ਦੋ ਕੰਨਾਂ ਵਿੱਚ ਕਿੰਨੇ ਹੋ ਗਿਆ 6 ਹੋ ਗਈਆਂ ਤਾਂ 6 ਇਅਰ ਬੌਂਸ ਨੇ ਤਾਂ ਸੀ ਆਪਸ਼ਨ 6 ਦੇ ਉੱਤੇ ਤੁਸੀਂ ਟਿੱਕ ਲਾਉਂਗੇ ਓਕੇ ਬਾਇਓਲੋਜੀ ਦਾ ਕੁਐਸਚਨ ਆ ਗਿਆ ਨੈਕਸਟ ਹਾਂਜੀ ਡਿਊ ਟੂ ਕੰਜ਼ਮਪਸ਼ਨ ਆਫ ਪਾਲਿਸ਼ਡ ਰਾਈਸ ਇਨ देयर ਮੇਨ ਡਾਈਟ ਪੀਪਲ ਸਫਰਸ ਫਰੋਂ ਤਾਂ ਜਿਹੜੇ ਲੋਕ ਬਟਾ ਆਪਣੇ ਮੇਨ ਡਾਈਟ ਦੇ ਵਿੱਚ ਪਾਲਿਸ਼ਡ ਰਾਈਸ ਖਾਂਦੇ ਨੇ ਉਹਨਾਂ ਨੂੰ ਇੱਕ ਬਿਮਾਰੀ ਲੱਗ ਜਾਂਦੀ ਹੈ ਤਾਂ ਉਹ ਬਿਮਾਰੀ ਕੀ ਹੈ ਬੇਸਿਕਲੀ ਬਹੁਤ ਹੀ ਅੱਛਾ ਕੁਐਸਚਨ ਹੈਗਾ ਤਾਂ ਉਸ ਬਿਮਾਰੀ ਦਾ ਨਾਮ ਕੀ ਹੈ ਉਸ ਡਿਜ਼ੀਜ਼ ਦਾ ਨਾਮ ਕੀ ਹੈਗਾ ਤੁਹਾਨੂੰ ਆਪਸ਼ਨਸ ਦਿੱਤੇ ਹੋਏ ਨੇ ਜੇ ਤੁਹਾਨੂੰ ਪੜਿਆ ਹੋਵੇ ਦੇਖੋ ਕਿਤੇ ਐਨੀਵੇਅਰ ਇਹ ਵਾਲਾ ਕੁਐਸਚਨ ਵੀ ਪਾਲਿਸਡ ਰਾਈਸ ਖਾਨ ਦੇ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ ਤਾਂ ਬਿਮਾਰੀ ਹੋ ਜਾਂਦਾ 베ਰੀ 베리 ਤਾਂ 베리 베리 ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਜਿਹੜੀ ਆਪਾਂ ਕਹਿੰਨਾ ਹੈ ਵਿਟਾਮਿਨ B ਦੀ ਕਮੀ ਕਰਕੇ ਹੁੰਦਾ ਹੈ 베ਰੀ 베리 ਜਿਹੜੀ ਆਪਾਂ ਦਾ ਡਿਜ਼ੀਜ਼ ਹੁੰਦਾ ਹੈ ਸਕਿਨ ਰੈਡਿਸ਼ਨੈਸ ਜੇ ਤੇ ਆ ਜਾਂਦੀ ਹੈ ਉਸ ਨੂੰ ਆਪਾਂ 베ਰੀ 베리 ਡਿਜ਼ੀਜ਼ ਕਹਿ ਦਿੰਦੇ ਹੁੰਨੇ ਆ ਬੇਸਿਕਲੀ ਤਾਂ ਪਾਲਿਸ਼ਡ ਰਾਈਸ ਖਾਣ ਦੇ ਨਾਲ 베ਰੀ 베리 ਡਿਜ਼ੀਜ਼ ਹੁੰਦਾ ਓਕੇ ਨੈਕਸਟ ਹੀਰਾਕੁੰਡ ਡੈਮ ਇਜ਼ ਲੋਕੇਟਿਡ ਔਨ ਵਿਚ ਰਿਵਰ ਤਾਂ ਬਹੁਤ ਹੀ ਫੇਮਸ ਜਿਹੜਾ ਆਪਣੇ ਇੰਡੀਆ ਦਾ ਲੌਂਗੇਸਟ ਡੈਮ ਹੈਗਾ ਹੀਰਾਕੁੰਡ ਡੈਮ ਤਾਂ ਆਪਾਂ ਪਹਿਲਾਂ ਵੀ ਇੱਕ ਸੈੱਟ ਦੇ ਵਿੱਚ ਕੀਤਾ ਸੀਗਾ ਹੀਰਾਕੁੰਡ ਡੈਮ ਇਜ਼ ਦੀ ਲੌਂਗੇਸਟ ਡੈਮ ਆਫ ਇੰਡੀਆ ਕਿਹੜੀ ਰਿਵਰ ਦੇ ਉੱਤੇ ਬਣਿਆ ਹੋਇਆ ਹੈਗਾ ਤਾਂ ਆਪਸ਼ਨਸ ਤੁਹਾਨੂੰ ਗਿਵਨ ਨੇ ਤਾਂ ਹੋਪ ਕਰਦਾ ਤੁਹਾਨੂੰ ਆਨਸਰ ਆਂਦਾ ਹੋਵੇਗਾ ਜਿਹੜੇ ਸਟੂਡੈਂਟ ਮੇ ਰੈਗੂਲਰ ਸਟੂਡੈਂਟ ਨੇ ਦੇਖੋ ਮੈਂ ਮੋਸਟ ਆਫ ਕਹਿ ਰਿਹਾ ਜਿਹੜਾ ਵੀ ਡਾਟਾ ਆਪਣੇ ਐਗਜ਼ਾਮਸ ਦੇ ਵਿੱਚ ਆ ਰਿਹਾ ਹੈਗਾ ਤੁਸੀਂ ਦੇਖੋਗੇ ਮੇਰੇ ਨੋਟਸ ਦੇ ਵਿੱਚ ਅਵੇਲੇਬਲ ਹੈਗਾ ਡੀਅਰ ओके ਤਾਂ ਹਰ ਇੱਕ ਕੁਐਸਚਨ ਮੇਰੇ ਨੋਟਸ ਦੇ ਵਿੱਚ ਪਿਆ ਹੈਗਾ ਤਾਂ ਕਿੰਨੇ ਅੱਛੇ ਤਰੀਕੇ ਨਾਲ ਨੋਟਸ ਬਣੇ ਹੋਏ ਹੈਗੇ ਨੇ ਤਾਂ ਤੁਸੀਂ ਰੈਗੂਲਰ ਕਲਾਸਿਸ ਜੁਆਇਨ ਜਦੋਂ ਆਪਣਾ ਲੋਕਡਾਊਨ ਓਪਨ ਹੋਏਗਾ ਤਾਂ ਰੈਗੂਲਰ ਕਲਾਸਿਸ ਆਪਣੀਆਂ ਜਲਦੀ ਹੀ ਸਟਾਰਟ ਹੋ ਜਾਣਗੀਆਂ ਦੇਖੋ 31 ਜੁਲਾਈ ਤੱਕ ਤਾਂ ਇਹਨਾਂ ਨੇ ਕਲੋਜ਼ ਹੀ ਕਰਤੀਆਂ ਉਸ ਤੋਂ ਬਾਅਦ ਅਗਸਤ ਦੇ ਵਿੱਚ ਹੋਪ ਹੈਗੀ ਹੈ ਵੀ ਸ਼ਾਇਦ ਸਕੂਲ ਕਾਲਜਸ ਤੇ ਇੰਸਟੀਚਿਊਟ ਵਗੈਰਾ ਨੇ ਜਿਹੜੇ ਕੁਝ ਗਾਈਡਲਾਈਨਸ ਦੇ ਨਾਲ ਓਪਨ ਹੋਣਗੇ ਹੀ ਹੋਣਗੇ ਚਲੋ ਹੀਰਾਕੁੰਡ ਡੈਮ ਹੈਗਾ ਮahanadi river ਦੇ ਉੱਤੇ ਬਣਿਆ ਹੋਇਆ ਤਾਂ ਏ ਆਪਸ਼ਨ ਮahanadi ਦੇ ਉੱਤੇ ਤੁਸੀਂ ਟਿੱਕ ਲਾਉਂਗੇ ਜੇਕਰ ਤੁਸੀਂ ਮੈਨੂੰ ਧਿਆਨ ਦੇ ਨਾਲ ਸੁਣ ਰਹੇ ਹੋ ਤਾਂ ਮੈਨੂੰ ਦੱਸੋ ਵੀ ਹੀਰਾਕੁੰਡ ਡੈਮ ਹੈ ਜਿਹੜਾ ਬੇਸਿਕਲੀ ਇਹ ਕਿਹੜੀ ਸਟੇਟ ਦੇ ਵਿੱਚ ਹੈਗਾ ਮੈਨੂੰ ਸਟੇਟ ਦੱਸੋ ਐਗਜ਼ੈਕਟ ਕਿਹੜੀ ਸਟੇਟ ਵਿੱਚ ਹੈਗਾ ਹੀਰਾਕੁੰਡ ਡੈਮ ਨੈਕਸਟ ਹਾਂਜੀ ਵਿਚ ਆਫ ਦੀ ਫਾਲੋਇੰਗ ਇਜ਼ ਦੀ ਕੈਪੀਟਲ ਆਫ ਕੈਨੇਡਾ ਦਾ ਕੈਨੇਡਾ ਦੀ ਜਿਹੜੀ ਕੈਪੀਟਲ ਹੈਗੀ ਆ ਦੈਟ ਇਜ਼ ਬਹੁਤ ਫੇਮਸ ਆਟਾਵਾ ਕੈਨੇਡਾ ਦੀ ਕੈਪੀਟਲ ਹੈਗੀ ਆ ਤਾਂ ਸੀ ਆਪਸ਼ਨ ਆਟਾਵਾ ਦੇ ਉੱਤੇ ਤੁਸੀਂ ਟਿਕ ਲਾਉਂਗੇ ਓਕੇ ਨੈਕਸਟ ਵਿਚ ਆਫ ਦੀ ਫੋਲਿੰਗ ਗੈਸਿਸ ਇਜ਼ ਇਨਸਾਈਡ ਐਨ ਇਲੈਕਟ੍ਰਿਕ ਬੱਲਬ ਤਾਂ ਜਿਹੜਾ ਆਪਣਾ ਇਲੈਕਟ੍ਰਿਕ ਬੱਲਬ ਹੈਗਾ ਉਸ ਦੇ ਵਿੱਚ ਮੇਨ ਕਿਹੜੀ ਗੈਸ ਪਾਈ ਜਾਂਦੀ ਹੈਗੀ ਹੈ ਤਾਂ ਉਸ ਦੇ ਵਿੱਚ ਮੇਨ ਗੈਸ ਜਿਹੜੀ ਪਾਈ ਜਾਂਦੇ दैट इज द ਨਾਈਟ੍ਰੋਜਨ ਤਾਂ ਨਾਈਟ੍ਰੋਜਨ ਪੈਂਦੀ ਹੁੰਦੀ ਹੈ ਜਾਂ ਪੈਂਦੀ ਹੁੰਦੀ ਹੈ ਆਰਗਨ ਕਈਆਂ ਦੇ ਵਿੱਚ ਮਿਕਸਚਰ ਪੈ ਜਾਂਦੇ ਹੁੰਦੀ ਹੈ ਠੀਕ ਹੈ ਤਾਂ ਨਾਈਟ੍ਰੋਜਨ ਪਲੱਸ ਆਰਗਨ ਦਾ ਮਿਕਸਚਰ ਜਾਂ ਪੈਂਦਾ ਹੁੰਦਾ ਹੈ ਤਾਂ ਤੁਸੀਂ ਇਹਦੇ ਵਿੱਚ ਨਾਈਟ੍ਰੋਜਨ ਦੇ ਉੱਤੇ ਤੁਸੀਂ ਟਿੱਕ ਲਾ ਸਕਦੇ ਹੋ ਤਾਂ ਬੀ ਆਪਸ਼ਨ ਨਾਈਟ੍ਰੋਜਨ ਨੈਕਸਟ गैस 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 गोबर गैस कंटेेंस मेनली ता जेडी गोबर गैस ਹੁੰਦੀ ਆ ਬਹੁਤ ਹੀ ਫੇਮਸ ਸੁਣੀ ਹੋਗੀ ਤੁਹਾਨੂੰ ਤਾਂ ਇਸ ਦੇ ਵਿੱਚ ਮੇਨਲੀ ਕੀ ਪ੍ਰੈਜੈਂਟ ਹੁੰਦਾ ਬੇਸਿਕਲੀ ਤਾਂ गोबर गैस ਦੇ ਵਿੱਚ ਮੇਨਲੀ ਮੀਥੇਨ ਪ੍ਰੈਜੈਂਟ ਹੁੰਦੀ ਆ ਜਿਹਨੂੰ ਆਪਾਂ CH4 ਦੇ ਨਾਲ ਰਿਪਰੈਜੈਂਟ ਕਰਦੇ ਆ ਤਾਂ ਮੀਥੇਨ ਪ੍ਰੈਜੈਂਟ ਹੁੰਦੇ ਆਪਣਾ गोबर गैस ਦੇ ਵਿੱਚ ਓਕੇ ਤਾਂ B অপਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਨੈਕਸਟ ਹਾਂਜੀ ਕਹਿੰਦਾ ਕੋਟਨ ਫਾਈਬਰ ਇਜ਼ ਓਬਟੇਨਡ ਫਰੋਮ ਦੀ ਜੇਰਾ ਆਪਣਾ ਸੁੱਤੀ ਧਾਗਾ ਹੁੰਦਾ ਕਹਿੰਦਾ ਆ ਪਾ ਕਿਹੜੇ ਪਲਾਂਟ ਦੇ ਕਿਹੜੇ ਹਿੱਸੇ ਤੋਂ ਤੱਕਦਾ ਬੇਸਿਕਲੀ ਤਾਂ ਜੇਰਾ ਆਪਣਾ ਰੂਹ ਜਿਹਨੂੰ ਆਪਾਂ ਕੋਟਨ ਕਹਿੰਨੇ ਆ ਬੇਸਿਕਲੀ ਇਹ ਪਲਾਂਟ ਦਾ ਕਿਹੜਾ ਹਿੱਸਾ ਹੁੰਦਾ ਬਹੁਤ ਹੀ ਅੱਛਾ ਕੁਐਸਚਨ ਹੈਗਾ ਦੈਟ ਇਜ਼ ਦਾ ਸੀਡਸ ਤਾਂ ਸੀਡਸ ਤੋਂ ਅਵੇਲੇਬਲ ਹੁੰਦੀ ਆ ਕੋਟਨ ਆਪਣੀ ਫਾਈਬਰ ਸੀਡਸ ਬੇਸਿਕਲੀ ਫਰੂਟ ਹੁੰਦਾ ਫਰੂਟ ਕੋਟਨ ਦੇ ਵਿੱਚ ਫਰੂਟ ਨੂੰ ਹੀ ਕੀ ਬੋਲ ਦਿੰਨੇ ਆਪਾਂ ਸੀਡਸ ਬੋਲ ਦਿੰਨੇ ਆ ਠੀਕ ਹੈ ਦਾ ਡੀ অপਸ਼ਨ ਸੀਡਸ ਦੇ ਉੱਤੇ ਤੁਸੀਂ ਟਿਕ ਲਾਉਂਗੇ ਕੋਰੇ ਤੁਹਾਨੂੰ ਹੋਰ ਇਨਫੋਰਮੇਸ਼ਨ ਮੈਂ ਪ੍ਰੋਵਾਈਡ ਕਰਦਾ ਬੀਜ ਦੇਖੋ ਤੇ ਹਨਾ ਕੋਟਨ ਇਸ ਓਬਟੇਨਡ ਫ্রম ਦੀ ਫਰੂਟ ਆਫ ਕੋਟਨ ਪਲਾਂਟ ਕੋਟਨ ਸੀਡ ਵਿਚ ਇਜ਼ ਆ ਫਰੂਟ ਤਾਂ ਫਰੂਟ ਆਫ ਕਾਟਨ ਪਲਾਂਟ ਤੋਂ ਮਿਲਦਾ ਤੇ ਇਹਦੇ ਵਿੱਚ ਫਰੂਟ ਕਿਹੜਾ ਹੈਗਾ ਸੀਡ ਹੀ ਕੀ ਹੁੰਦਾ ਫਰੂਟ ਹੁੰਦਾ ਤੇ ਉਸ ਦਾ ਜਿਹੜਾ ਜੂਟ ਆਪਾਂ ਕਹਿੰਦੇ ਆ ਆਪਾਂ ਜੂਟ ਪਰਸਨ ਕਹਿੰਦੇ ਆ ਫਿਰ ਉਹ ਕਿੱਥੋਂ ਪ੍ਰਾਪਤ ਹੁੰਦਾ ਬੇਸਿਕਲੀ ਤਾਂ ਜੂਟ ਇਸ ਓਬਟੇਨ ਫਰਮ ਦੀ ਸਟੈਮ ਆਫ ਦੀ ਜੂਟ ਪਲਾਂਟ ਤਾਂ ਸਟੈਮ ਆਫ ਦੀ ਜੂਟ ਪਲਾਂਟ ਤੋਂ ਆਪਾਂ ਨੂੰ ਜੂਟ ਦੀ ਪ੍ਰਾਪਤੀ ਹੁੰਦੀ ਹੈ ਯਾਦ ਰੱਖਿਓ ਕੋਟਨ ਦੀ ਪ੍ਰਾਪਤੀ ਆਪਾਂ ਨੂੰ ਸੀਡ ਤੋਂ ਪ੍ਰਾਪਤ ਹੁੰਦੀ ਹੈ ਤੇ ਜੂਟ ਦੀ ਪ੍ਰਾਪਤੀ ਆਪਾਂ ਨੂੰ ਸਟੈਮ ਤੋਂ ਪ੍ਰਾਪਤ ਹੁੰਦੀ ਹੈ ਬਿਲਕੁਲ ਓਕੇ ਨੈਕਸਟ ਹੌਪ ਕਰਦਾ ਤੁਹਾਨੂੰ ਇਨਫੋਰਮੇਸ਼ਨ ਬਹੁਤ ਅੱਛੀ ਲੱਗ ਰਹੀ ਹੋਗੀ ਤਾਂ ਫਟਾਫਰ ਬਸ ਸ਼ੇਅਰ ਕਰਦਿਆ ਕਰੋ ਆਪਣੇ ਫਰੈਂਡਸ ਦੇ ਵਿੱਚ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਵੀ ਜਿਆਦਾ ਤੋਂ ਜਿਆਦਾ ਆਪਣੇ ਪੰਜਾਬ ਦੇ ਸਟੂਡੈਂਟਸ ਆਪਣੇ ਇਸ ਚੈਨਲ ਦੇ ਨਾਲ ਜੁੜ ਸਕਣ ਤੇ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਵੀ ਵੱਧ ਤੋਂ ਵੱਧ ਸਟੂਡੈਂਟਸ ਮੇਰੇ ਵੀਡੀਓਜ਼ ਨੂੰ ਦੇਖ ਰਹੇ ਨੇ ਤੇ ਉਹਨਾਂ ਨੂੰ ਬਹੁਤ ਅੱਛੀ ਨੌਲੇਜ ਮਿਲ ਰਹੀ ਹੈ ਮੇਰੀ ਵੀਡੀਓਜ਼ ਦੇ ਥਰੂ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਡੀਅਰ ਆਪਣੇ ਬਸ ਸ਼ੇਅਰ ਕਰਦਿਆ ਕਰੋ ਯਾਰ ਦੁਨੀਆ ਦੇਖੂਗੀ ਥੋੜੇ-ਮੋਟੇ ਜੋ ਥੋੜੇ ਪਰਸਨਲ ਆਪਣੇ ਜਿਹੜੇ ਆਪਣੇ ਕਹਦੇ ਨੇ ਇੱਕ 5-6 ਫਰੈਂਡਸ ਹੁੰਦੇ ਹੀ ਹੁੰਦੇ ਨੇ ਹਰ ਇੱਕ ਪਰਸਨ ਦੇ ਉਹਨਾਂ ਨੂੰ ਪਲੀਜ਼ ਪਰਸਨਲੀ ਹੀ ਕਹੋ ਓਕੇ ਵੀ ਕਿਉਂਕਿ ਉਹ ਤੁਹਾਡੇ ਫਰੈਂਡਸ ਨੇ ਇਕੱਲੇ ਕਿੱਥੇ ਜਾ ਕੇ ਨੌਕਰੀ ਕਰੋਗੇ ਯਾਰ ਤੁਹਾਡੇ ਫਰੈਂਡਸ ਹੋਣਗੇ ਤੁਹਾਡੇ ਨਾਲ ਸਾਰੀ ਉਮਰ ਤੁਸੀਂ ਇੰਜੋਏ ਕਰ ਸਕਦੇ ਹੋ ਇਕੱਲੇ ਤੁਸੀਂ ਇੰਜੋਏ ਕਿਵੇਂ ਕਰ ਸਕਦੇ ਹੋ ਠੀਕ ਹੈ ਨਾ ਤਾਂ ਦੈਟਸ ਵੈ ਕਹਿੰਦਾ ਵੀ ਇਕੱਲੇ ਨਾ ਜਾਓ ਆਪਣੇ ਜਿਹੜੇ ਫਰੈਂਡਸ ਵਗੈਰਾ ਹੁੰਦੇ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਭੇਜੋ ਵੀ ਤਾਂ ਜੋ ਉਹ ਵੀ ਗਵਰਨਮੈਂਟ ਜੌਬ ਤੇ ਲੱਗ ਸਕਣ आप भी गवर्नमेंट जॉब ते लग जागे ठीक है ना नैक्सट नैक्सट है फिफ्टीन क्वेश्चन देखो द ट्रॉपिक ऑफ कैंसर डज नॉट पास थ्रू विच ऑफ द ਤਾਂ ਬਹੁਤ ਹੀ ਫੇਮਸ ਤੁਹਾਨੂੰ ਪਤਾ ट्रॉपिक ਆਫ ਕੈਂਸਰ ਆਪਣੇ ਇੰਡੀਆ ਵਿੱਚੋਂ ਲਾਈਨ ਕ੍ਰੋਸ ਕਰਦੀ ਹੈਗੀ ਹੈ ਤੁਹਾਨੂੰ ਮੈਂ ਦੱਸਿਆ ਸੀ ट्रॉपिक ਆਫ ਕੈਂਸਰ 8 ਸਟੇਟਸ ਦੇ ਵਿੱਚੋਂ ਕ੍ਰੋਸ ਕਰਦੀ ਹੈ ਠੀਕ ਹੈ ਨਾ ਆਪਣੇ ਇੰਡੀਆ ਦੇ ਵਿੱਚੋਂ 8 ਸਟੇਟਸ ਦੇ ਵਿੱਚੋਂ ਕ੍ਰੋਸ ਕਰ ਰਹੀ ਹੈ ट्रॉपिक ਆਫ ਕੈਂਸਰ ਤਾਂ ਉਸ ਦਾ ਮੈਂ ਤੁਹਾਨੂੰ ਦੱਸਿਆ ਸੀ ਗੀਰ ਰਾਜਾ ਮਹਿਲ ਚ ਜਾ ਵੜਿਆ ਤੇ ਮਰ ਗਿਆ ਤਾਂ ਇਸ ਦੇ ਵਿੱਚ ਬੇਸਿਕਲੀ ਮਹਾਰਾਸ਼ਟਰ ਸਟੇਟ ਨਹੀਂ ਆ ਰਹੀ ਹੈ ਕਿਤਾ ਗੀਰ ਰਾਜਾ ਮਹਿਲ ਚ ਮੱਧ ਪ੍ਰਦੇਸ਼ ਤੇ ਤੋਂ ਤ੍ਰਿਪੁਰ ਆ ਜੂਗੀ ਬੜਾ ਮਹਾਰਾਸ਼ਟਰ ਸਟੇਟ ਦੇ ਜੋ ਪਾਸ ਨਹੀਂ ਕਰਦੀ ਤਾਂ ਏ অপਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਬਾਕੀ ਜੇ ਤੁਸੀਂ ਮੇਰੇ ਚਾਰੇ ਪਹਿਲੇ ਸੈੱਟ ਦੇਖੇ ਨੇ ਉਸ ਦੇ ਜਿਵੇਂ ਮੈਂ ਟ੍ਰੋਪਿਕ ਆਫ ਕੈਂਸਰ ਲਿਖਵਾਇਆ ਸੀ ਪ੍ਰੋਪਰ ਵੇ ਦੇ ਨਾਲ ਤਾਂ ਹਰ ਇੱਕ ਸੈੱਟ ਨੂੰ ਬਹੁਤ ਚੰਗੀ ਤਰੀਕੇ ਨਾਲ ਸੁਨੋ ਵੀ ਤਾਂ ਜੋ ਤੁਹਾਨੂੰ ਕੋਈ ਵੀ ਪੁਆਇੰਟ ਸੋਦਾ ਰਹਿ ਨਾ ਜਾਵੇ ਅੱਗੇ ਫਾਰਵਰਡ ਕਰ ਕਰਕੇ ਨਾ ਦੇਖਿਆ ਕਰੋ ਇੱਕ ਵੀਡੀਓ ਹੁੰਦੀ ਆ 25 30 ਮਿੰਟ ਦੀ ਜੇ ਦੇਖ ਲਾਂਗੇ ਆਪਾਂ ਆਪਾਂ ਨੂੰ ਤਾਂ ਆਪ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ ਹਰ ਇੱਕ ਸਕਿੰਟ ਦੇ ਵਿੱਚ ਮੈਂ ਕੋਈ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ ਤਾਂ ਹੋ ਸਕਦਾ ਜੇ ਤੁਸੀਂ ਉਹਨੂੰ ਫਾਰਵਰਡ ਕਰੋਗੇ ਤਾਂ ਉਹ ਇਨਫੋਰਮੇਸ਼ਨ ਹੋ ਸਕਦਾ ਸਕਿਪ ਹੋ ਜAVE ਠੀਕ ਹੈ ਨਾ ਤਾਂ ਦੈਟਸ ਵਾਈ ਡੂ ਨਾਟ ਸਕਿਪ ਐਨੀ ਇਨਫੋਰਮੇਸ਼ਨ ਬਹੁਤ ਇੰਪੋਰਟੈਂਟ ਹੈ ਹਰ ਇੱਕ ਚੀਜ਼ ਤੁਹਾਡੇ ਲਈ ਨੈਕਸਟ ਹਾਂਜੀ ਵਜਰ ਪਰਹਾਰ is a joint military exercise of india and dash bahut hi famous military exercise main ne crazy tricks de naal military exercises samjhaiyan hoyian ne je kisene nahi dekhe aya ta ta apna playlist vi jaake tusi dekh sakde ho vi joint military exercises ਅ ਕ੍ਰੇਜ਼ੀ ਟ੍ਰਿਕਸ ਬਾਈ ਜਤਿੰਦਰ ਸਰ ਠੀਕ ਹੈ ਨਾ ਤੁਸੀਂ ਥੋੜਾ ਜਿਹਾ ਸਕਰੋਲ ਕਰੋਗੇ ਤਾਂ ਆਪਣਾ ਵੀਡੀਓਜ਼ ਦੇ ਵਿੱਚ ਜਾ ਕੇ ਆਪਣੇ ਚੈਨਲ ਦੀ ਤਾਂ ਉੱਥੇ ਤੁਹਾਨੂੰ ਮਿਲ ਜਾਊਗਾ ਠੀਕ ਹੈ ਨਾ ਥੋੜਾ ਧਿਆਨ ਨਾਲ ਦੇਖਿਆ ਕਰੋ ਮਿਲਟਰੀਜ਼ ਬਹੁਤ ਹੀ ਸ਼ਾਰਟਕੱਟਸ ਦਾ ਮੇਰਾ ਦੱਸਿਆ ਹੋਇਆ ਹੈ ਤਾਂ ਵਜਰ ਪ੍ਰਹਾਰ ਮੈਂ ਹੋਪ ਕਰ ਤਹਾਨੂੰ ਸਭ ਨੂੰ ਅਨਸਰ ਜਿਨ੍ਹਾਂ ਨੇ ਵੀਡੀਓਜ਼ ਦੇਖਿਆ ਨੇ ਤੁਹਾਨੂੰ ਪਤਾ ਹੋਊਗਾ ਮੈਂ ਤੁਹਾਨੂੰ ਇਹ ਇਹ ਸ਼ਾਰਟਕਟ ਟ੍ਰਿਕ ਦੱਸਿਆ ਸੀ ਵੀ ਕਿਹੜੀ ਕੰਟਰੀ ਨੇ ਪ੍ਰਹਾਰ ਕੀਤਾ ਸੀ ਜਾਪਾਨ ਦੇ ਉੱਤੇ ਤਾਂ ਕਿਹੜੀ ਕੰਟਰੀ ਨੇ ਪ੍ਰਹਾਰ ਕੀਤਾ ਸੀਗਾ ਯੂਐਸਏ ਨੇ ਤਾਂ ਇੰਡੀਆ ਤੇ ਯੂਐਸਏ ਦੇ ਵਿਚਕਾਰ ਹੈਗੀ ਹੈ ਦੇਖੋ ਟ੍ਰਿਕ ਯਾਦ ਆ ਗਿਆ ਨਾ ਆਪਣੇ ਆਪ ਤਾਂ ਇਸ ਤਰੀਕੇ ਨਾਲ ਛੋਟੇ ਛੋਟੇ ਟ੍ਰਿਕ ਜੇ ਹੁੰਦੇ ਨੇ ਆਪਣੇ ਆਪ ਹੀ ਤੁਹਾਨੂੰ ਯਾਦ ਆ ਜਾਣਗੇ ਠੀਕ ਹੈ ਨਾ ਜੇਕਰ ਤੁਸੀਂ ਥੋੜੀ ਰਿਵੀਜ਼ਨ ਕੀਤੀ ਹੋਈ ਹੈ ਤੁਸੀਂ ਵੀਡੀਓ ਹਰ ਇੱਕ ਚੰਗੀ ਤਰੀਕੇ ਨਾਲ ਦੇਖ ਰਹੇ ਹੋ ਤਾਂ ਤੁਸੀਂ ਬਹੁਤ ਅੱਛਾ ਆਨਸਰ ਦੇ ਸਕਦੇ ਹੋ ਤਾਂ ਬੀ ਆਪਸ਼ਨ ਯੂਐਸਏ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਹਾਂਜੀ ਨੈਕਸਟ ਫੋਲੋਨ ਇਸ ਦੀ ਟਰਮ ਐਸੋਸੀਏਟਿਡ विद व्हिच ऑफ दी फॉलोइंग स्पोर्ट्स ता फॉलो ऑन इक टर्म ਹੈ ਗਿਆ ਬੇਸਿਕਲੀ ਤਾਂ ਉਹ ਆਪਾਂ ਕਿਦੇ ਵਿੱਚ ਯੂਜ਼ ਕਰਦੇ ਆ ਤਾਂ ক্রিকেট ਗੇਮ ਦੇ ਵਿੱਚ ਯੂਜ਼ ਹੋ ਰਿਹਾ ਤਾਂ ਸੀ অপਸ਼ਨ ক্রিকেট ਦੇ ਉੱਤੇ ਤੁਸੀਂ ਟਿੱਕ ਲਾਉਂਗੇ ਫੋਲੋਨ ਓਕੇ ਤਾਂ ਜੇ ਤੁਸੀਂ ਮੈਨੂੰ ਧਿਆਨ ਦੇ ਨਾਲ ਸੁਣ ਰਹੇ ਹੋ ਮੈਂ ਇੱਕ ਆ ਕਰੇਜ਼ੀ ਜੀਕੇ ਟ੍ਰਿਕਸ ਦੇ ਵਿੱਚ ਮੈਂ ਇੱਕ ਟਾਪਿਕ ਕੀਤਾ ਹੋਇਆ ਨੰਬਰ ਆਫ ਪਲੇਅਰਸ ਇਨ ਵੇਰੀਅਸ ਗੇਮਸ ਤਾਂ ਨੰਬਰ ਆਫ ਪਲੇਅਰਸ ਦੇ ਵਿੱਚ ਮੈਨੂੰ ਦੱਸੋ ਕਬੱਡੀ ਗੇਮ ਦੇ ਵਿੱਚ ਕਿੰਨੇ ਪਲੇਅਰ ਹੁੰਦੇ ਨੇ ਦੱਸਾਓ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤਾਂ ਹੋਪ ਕਰਦਾ ਜਿਨ੍ਹਾਂ ਨੇ ਮੇਰੀ ਵੀਡੀਓਜ਼ ਦੇਖੀਆਂ ਨੇ ਤਾਂ ਉਹਨਾਂ ਨੂੰ ਆਨਸਰ ਪਤਾ ਹੋਊਗਾ ਜਿਨ੍ਹਾਂ ਨੇ ਹਜੇ ਵੀਡੀਓ ਨਹੀਂ ਦੇਖੀਆਂ ਤਾਂ ਪਲੀਜ਼ ਆਪਣੇ ਚੈਨਲ ਦੇ ਵੀਡੀਓਜ਼ ਲਿਸਟ ਵਿੱਚ ਜਾਓ ਤਾਂ ਉਹਦੇ ਕੱਲੀ-ਕੱਲੀ ਵੀਡੀਓ ਹਰ ਇੱਕ ਵੀਡੀਓ ਆਪਣੇ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਓਕੇ ਨੈਕਸਟ ਵਿਚ ਆਫ ਦੀ ਫੋਲੋਇੰਗ ਗਲੈਂਡ ਇਜ਼ ਨੋਟ ਐਨ ਐਂਡੋਕ੍ਰਾਈਨ ਐਂਡੋਕ੍ਰਾਈਨ ਗਲੈਂਡ ਆਪਣੇ ਦੋ ਤਰ੍ਹਾਂ ਦੇ ਗਲੈਂਡ ਹੁੰਦੇ ਨੇ ਐਕਸੋਕ੍ਰਾਈਨ ਗਲੈਂਡਸ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਆਪਣੀ ਐਂਡੋਕ੍ਰਾਈਨ ਗਲੈਂਡਸ ਤਾਂ ਠੀਕ ਹੈ ਐਂਡੋਕ੍ਰਾਈਨ ਗਲੈਂਡਸ ਜਿਹੜੀਆਂ ਹੁੰਦੀਆਂ ਨੇ ਇਹ ਆਪਣੀ ਬਾਡੀ ਦੇ ਵਿੱਚ ਹਾਰਮੋਨਸ ਨੂੰ ਜਨਰੇਟ ਕਰਦੀਆਂ ਨੇ ਹਾਰਮੋਨਸ ਨੂੰ ਠੀਕ ਹੈ ਤਾਂ ਹਾਰਮੋਨਸ ਨੂੰ ਬਣਾਉਂਦੇ ਨੇ ਆਪਣੇ ਇਨਸਾਈਡ ਬਾਡੀ ਦੇ ਵਿੱਚ ਤਾਂ ਓਬਵੀਅਸ ਗੱਲ ਹੈ ਥਾਇਰੋਇਡ ਗਲੈਂਡ ਵੀ ਬਣਾ ਰਹੀ ਹੈ ਆਪਣੀ ਪਿਟੂਟਰੀ ਗਲੈਂਡ ਵੀ ਬਣਾਉਂਦੇ ਆ ਡਰਨਲ ਗਲੈਂਡ ਵੀ ਬਣਾਉਂਦਾ ਬਟ ਜਿਹੜੀ ਸਵੇਟ ਗਲੈਂਡ ਹੈਗੀ ਹੈ ਬੀਸਿਕਲੀ ਸਵੇਟ ਗਲੈਂਡ ਇਹ ਆਪਣੀ ਇੱਕ ਐਕਸੋਕ੍ਰਾਈਨ ਗਲੈਂਡ ਹੈਗੀ ਹੈ ਇਹ ਐਂਡੋਕ੍ਰਾਈਨ ਨਹੀਂ ਹੁੰਦੀ ਤਾਂ ਡੀ অপਸ਼ਨ ਆਪਣਾ ਸਵੇਟ ਗਲੈਂਡ ਦੇ ਉੱਤੇ ਤੁਸੀਂ ਟਿਕ ਲਾਉਗੇ ਓਕੇ ਨੈਕਸਟ ਹਾਂਜੀ ਦੀ ਯੂਨੀਵਰਸਲ ਰੈਸੀਪੈਂਟ ਬਲੱਡ ਗਰੁੱਪ ਇਜ਼ ਡੈਸ਼ ਤਾਂ ਯੂਨੀਵਰਸਲ ਰੈਸੀਪੈਂਟ ਕਿਹੜਾ ਹੈਗਾ ਦੇਖੋ ਬਹੁਤ ਸਟੂਡੈਂਟ ਇਸ ਕੁਸ਼ਨ ਦੇ ਵਿੱਚ ਆ ਕੇ ਉਲਝ ਜਾਂਦੇ ਨੇ ਕਿਉਂਕਿ ਇੱਕ ਆਪਸ਼ਨ ਡੋਨਰ ਦਾ ਹੁੰਦਾ ਹੈ ਯੂਨੀਵਰਸਲ ਤੇ ਇੱਕ ਆਪਸ਼ਨ ਕੀ ਹੁੰਦਾ ਆਪਣਾ ਰੈਸੀਪੀਐਂਟ ਦਾ ਹੁੰਦਾ ਤਾਂ ਅੱਜ ਯਾਦ ਕਰ ਲਓ ਬਹੁਤ ਈਜ਼ੀ ਹੈਗਾ ਤਾਂ ਡੋਨਰ ਜਿਹੜਾ ਹੁੰਦਾ ਹੈ ਬੇਸਿਕਲੀ ਉਹ ਆਪਣਾ O ਵਾਲਾ ਹੁੰਦਾ ਤੇ ਜਿਹੜਾ ਰੈਸੀਪੀਐਂਟ ਹੁੰਦਾ ਬੇਸਿਕਲੀ ਯੂਨੀਵਰਸਲ ਰੈਸੀਪੀਐਂਟ ਉਹ AB ਦਾ ਹੁੰਦਾ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਨਾਲ ਅੱਜ ਕੱਲ ਤੁਸੀਂ ਦੇਖੋਗੇ ਐਗਜ਼ਾਮ ਦੇ ਵਿੱਚ ਪਲੱਸ ਮਾਈਨਸ ਵੀ ਨਾਲ ਪਿਆ ਹੁੰਦਾ ਹੈ ਤੌਰੇ ਉਹ 네ਗੇਟਿਵ ਆਊਗਾ ਤੇ ਔਰੇ ਕੀ ਆਊਗਾ ਏਬੀ ਪੋਜ਼ਿਟਿਵ ਜੇ ਅੱਗੇ ਦਿੱਤਾ ਹੋਵੇ ਕੁਝ ਠੀਕ ਹੈ ਨਾ ਤਾਂ ਤੁਹਾਨੂੰ ਯਾਦ ਕੀ ਮਰੋਗਾ ਬਹੁਤ ਹੀ ਆਸਾਨ ਹੈ ਤੇ ਆਨਾ ਡੋਨਰ ਦੇ ਸਪੈਲਿੰਗ ਦੇਖੋ ਤਾਂ ਡੀ ਫੋਰ ਡੋਨਰ ਓ ਫੋਰ ਓ ਬਲੱਡ ਗਰੁੱਪ ਐਨ ਫੋਰ ਕੀ ਆਜੂਗਾ 네ਗੇਟਿਵ ਤਾਂ ਮੇਨ ਜਿਹੜਾ ਡੋਨਰ ਯੂਨੀਵਰਸਲ ਡੋਨਰ ਗਰੁੱਪ ਹੈਗਾ ਉਹ ਓ 네ਗੇਟਿਵ ਹੈ ਜੇ ਇੱਕ 네ਗੇਟਿਵ ਆ ਦੂਜੇ ਵਾਲਾ ਕੀ ਹੋਗਾ ਪੋਜ਼ਿਟਿਵ ਹੋਗਾ ਜੇ ਕੋ 네ਗੇਟਿਵ ਆ ਤਾਂ ਰੈਸੀਪੀਐਂਟ ਕੀ ਹੋਜੂਗਾ ਏਬੀ ਪੋਜ਼ਿਟਿਵ ਹੋ ਜਾਏਗਾ ਬਹੁਤ ਹੀ ਆਸਾਨ ਟ੍ਰਿਕ ਹੈਗੀ ਹੈ ਤਾ ਤੁਹਾਨੂੰ ਹਰ ਇੱਕ ਕਿਤੇ ਤੁਹਾਨੂੰ ਯੂਜ਼ ਹੋ ਜੂਗੀ ਬਹੁਤ ਫੇਮਸ ਕੁਐਸਚਨ ਹੈਗਾ ਰੈਪੀਟੀਸ਼ਨ ਤੇ ਵਾਲਾ ਕੁਐਸਚਨ ਰੰਦਾ ਹੀ ਰਹਿੰਦਾ ਕਿਉਂਕਿ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਨੇ ਜਿੱਥੇ ਸਟੂਡੈਂਟ ਕਨਫਿਊਜ਼ ਹੋ ਗਿਆ ਉੱਥੇ ਹੀ ਐਗਜ਼ਾਮੀਨਰ ਕੁਐਸਚਨ ਅਰਾਈਜ਼ ਕਰ ਦਿੰਦਾ ਹੁੰਦਾ ਠੀਕ ਹੈ ਨੈਕਸਟ ਦੀ ਲਮਾਰਕ ਦੀ ਲਾਮਾਰਕੀਨ ਥਿਉਰੀ ਆਫ ਆਰਗੈਨਿਕ ਈਵੈਲੂਏਸ਼ਨ ਇਜ਼ ਨੋਨ ਐਸ ਦੀ ਥਿਉਰੀ ਆਫ ਜੀ ਲਾਮਾਰਕੀਨ ਥਿਉਰੀ ਸਿੱਗੀ ਉਹ ਕਹਿੰਦੀ ਸੀਗੀ ਵੀ ਜਿਹੜੇ ਐਕਵਾਇਰ ਟ੍ਰੇਟਸ ਹੁੰਦੇ ਨੇ ਐਕਵਾਇਰਡ ਟ੍ਰੇਟਸ ਹੁੰਦੇ ਨੇ ਇਨਹੈਰੀਟੈਂਸ ਉਹ ਆਪਣੇ ਇੱਕ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਪਹੁੰਚ ਜਾਂਦੇ ਨੇ ਮਤਲਬ ਇਨਹੈਰੀਟੈਂਸ ਹੁੰਦੇ ਨੇ ਓਵਰਟੇਨਟਾਈ ਇਨਹੈਰੀਟੈਂਸ ਆਫ ਐਕਵਾਇਰਡ ਕੈਰੈਕਟਰਸ ਐਕਵਾਇਰਡ ਕੈਰੈਕਟਰਸ ਨੇ ਜਿਹੜੇ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਪਹੁੰਚ ਜਾਂਦੇ ਹੁੰਦੇ ਨੇ ਤਾਂ ਇਹਨੂੰ ਬੋਲਦੇ ਨੇ ਲੈਮਾਕੀਨ ਥਿਉਰੀ ਤਾਂ ਸੀ অপਸ਼ਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਨੈਕਸਟ the process of coating iron pipes with a layer of zinc to prevent corrosion is termed as ਕਹਿੰਦਾ ਜਿਹੜਾ ਆਇਰਨ ਦੇ ਆ ਪਾਈਪਸ ਹੁੰਦੀਆਂ ਨੇ ਉਸ ਨੂੰ ਆਪਾਂ ਜ਼ਿੰਕ ਦੇ ਨਾਲ ਕੋਟ ਕਰ ਦਿੰਨੇ ਆ ਕਰੋਜ਼ਨ ਤੋਂ ਬਚਾਉਣ ਦੇ ਲਈ ਤਾਂ ਇਸ ਇਸ ਨੂੰ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਆ ਇਸ ਪ੍ਰੋਸੈਸ ਨੂੰ ਆਪਾਂ ਗੈਲਵਨਾਈਜੇਸ਼ਨ ਬੋਲਦੇ ਆ ਤਾਂ ਗੈਲਵਨਾਈਜੇਸ਼ਨ ਪ੍ਰੋਸੈਸ ਦੇ ਵਿੱਚ ਆਪਾਂ ਜ਼ਿੰਕ ਦੀ ਕੋਟਿੰਗ ਕਰ ਦਿੰਨੇ ਹੁੰਦੇ ਆ ਤਾਂ ਬੀ ਆਪਸ਼ਨ ਗੈਲਵਨਾਈਜੇਸ਼ਨ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਨੈਕਸਟ Where and when were the first Asian games held? ਤਾਂ ਬਹੁਤ ਹੀ ਫੇਮਸ ਜਿਹੜਾ ਫਰਸਟ ਏਸ਼ੀਅਨ ਗੇਮਸ ਹੈਲਡ ਹੋਈਆਂ ਸੀਗੀਆਂ। ਹੋਪ ਕਰਦਾ ਤੁਹਾਨੂੰ ਪਤਾ ਹੋਵੇ ਤਾਂ 1951 ਦੇ ਵਿੱਚ ਨਿਊ ਦਿੱਲੀ ਵਿੱਚ ਹੋਈਆਂ ਸੀਗੀਆਂ। ਤਾਂ 1951 ਦੇ ਵਿੱਚ ਨਿਊ ਦਿੱਲੀ ਵਿੱਚ ਹੋਈਆਂ ਸੀਗੀਆਂ ਤਾਂ ਏ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਾਉਂਗੇ। ਓਕੇ ਨੈਕਸਟ। ਹਾਂਜੀ। ਓਨ ਵਿੱਚ ਆ ਮੰਗਦੀ ਫੋਲਿੰਗ ਕੋਰਟਸ ਬਿਲੰਡਨ ਚੈਂਪੀਅਨਸ਼ਿਪ ਇਜ਼ ਪਲੇਨਡ। ਤਾ ਬਹੁਤ ਹੀ ਫੇਮਸ ਹੋਣੇ ਸੁਣਾ ਹੋਇਆ ਜਿਹੜਾ ਲੌਂ ਟੈਨਿਸ ਦੇ ਆਪਣੇ ਚਾਰ ਆਪਣੇ ਚੈਂਪੀਅਨਸ਼ਿਪ ਹੈਗੇ ਨੇ ਓਪਨ ਜਿਨ੍ਹਾਂ ਆਪਾਂ ਆਸਟ੍ਰੇਲੀਅਨ ਓਪਨ ਕਹਿੰਨੇ ਆ ਫ੍ਰੈਂਚ ਓਪਨ ਕਹਿੰਨੇ ਆ ਵਿਲਮਡਨ ਓਪਨ ਕਹਿੰਨੇ ਆ ਤੇ ਯੂਐਸ ਓਪਨ ਕਹ ਦਿੰਨੇ ਆ ਬਿਲਕੁਲ ਅਲਫਾਬੈਟਿਕਲ ਨੇ ਹਨਾ ਤਾਂ ਯਾਦ ਰੱਖੋ ਬਸ ਵੀ ਇਹ ਚਾਰ ਨੇਮ ਨੇ ਆਸਟ੍ਰੇਲੀਆ ਫ੍ਰੈਂਚ ਵਿਲਮਡਨ ਤੇ ਆਪਣਾ ਯੂਐਸ ਤਾਂ ਵਿਲਮਡਨ ਤੋਂ ਯਾਦ ਰੱਖੋ ਲੰਡਨ ਹਨਾ ਤਾਂ ਏ ਆ ਪਹਿਲਾ ਹੋਗਾ ਫਿਰ ਐਫ ਫਿਰ ਐਲ ਫਿਰ ਉਸ ਤੋਂ ਬਾਅਦ ਯੂ ਵਾਲਾ ਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੈਂ ਹੋਰ ਦੱਸਿਆ ਹੋਇਆ ਤੁਹਾਨੂੰ ਸਾਰ ਤਾਂ ਇਹ ਚਾਰੇ ਚਾਰੇ ਸਿਕੁਐਂਸ ਦੇ ਵਿੱਚ ਹੁੰਦੇ ਨੇ ਤਾਂ ਗੱਲ ਯਾਦ ਰੱਖਿਓ ਹਾਈ ਕੋਰਟ ਹਨਾ ਹਾਈ ਕੋਰਟ ਮਨਾ ਹਾਰਡ ਕੋਰਟ ਤੇ ਇੱਕ ਕਲੇ ਕੋਰਟ ਇੱਕ ਹਾਰਡ ਕੋਰਟ ਹੁੰਦਾ ਹੈ ਕਲੇ ਕੋਰਟ ਦਾ ਮਤਲਬ ਆਸਟ੍ਰੇਲੀਅਨ ਓਪਨ ਜਿਹੜਾ ਹੁੰਦਾ ਉਹ ਹਾਰਡ ਕੋਰਟ ਤੇ ਹੁੰਦਾ ਤੇ ਜਿਹੜਾ ਆਪਣਾ ਫ੍ਰੈਂਚ ਓਪਨ ਹੁੰਦਾ ਉਹ ਕਲੇ ਕੋਰਟ ਦੇ ਵਿੱਚ ਹੁੰਦਾ ਓਕੇ ਤੇ ਬਿਲੰਡਨ ਜਿਹੜਾ ਹੁੰਦਾ ਗ੍ਰਾਸ ਕੋਰਟ ਦੇ ਵਿੱਚ ਹੁੰਦਾ ਬਿਲੰਡਨ ਵਾਲਾ ਗ੍ਰਾਸ ਕੋਰਟ ਦੇ ਵਿੱਚ ਹੁੰਦਾ ਦੇ ਯੂਐਸ ਓਪਨ ਆਪਣਾ ਹਾਰਡ ਕੋਰਟ ਤੇ ਹੁੰਦਾ ਤਾਂ ਯਾਦ ਰੱਖਿਓ ਬਸ ਜਿਹੜਾ ਆਪਣਾ ਫਸਟ ਤੇ ਲਾਸਟ ਹੈ ਮਤਲਬ ਆਸਟ੍ਰੇਲੀਅਨ ਓਪਨ ਤੇ ਯੂਐਸ ਓਪਨ ਇਹ ਆਪਣੇ ਹਾਰਡ ਕੋਰਟ ਤੇ ਹੁੰਦੇ ਨੇ ਦੋਹੇ ਕੰਟਰੀਜ਼ ਬਹੁਤ ਹਾਰਡ ਨੇ ਬਹੁਤ ਹੀ ਜ਼ਿਆਦਾ ਸਟਰੋਂਗ ਨੇ ਦੋਹੇ ਕੰਟਰੀਆਂ ਯੂਐਸਏ ਆਸਟ੍ਰੇਲੀਆ ਦਾ ਬਹੁਤ ਸਟਰੋਂਗ ਦਾ ਹਾਰਡ ਕੋਰਟ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ ਫ੍ਰੈਂਚ ਆਪਣਾ ਕਲੇ ਕੋਰਟ ਦੇ ਵਿੱਚ ਤੇ ਗ੍ਰਾਸ ਦੇ ਵਿੱਚ ਵਿਲੰਡਨ ਦਾ ਸੀਕੁਐਂਸ ਯਾਦ ਕਰ ਲਓ ਬਸ ਆਪਣਾ ਹਾਰਡ ਕੋਰਟ ਜੀ ਮੈਂ ਆਪਾਂ ਨੂੰ ਯਾਦ ਹੈ ਇਸ ਤਰੀਕੇ ਨਾਲ ਕੀਤਾ ਹੋਇਆ ਆਪਣਾ ਆਸਟ੍ਰੇਲੀਅਨ ਫ੍ਰੈਂਚ ਵਿਲਮਡਨ ਤੇ ਆਪਣਾ ਯੂਐਸ ਐਮ ਇਹ ਯਾਦ ਰੱਖੋ ਵੀ ਹਾਰਡ ਕਲੇ ਤੇ ਗਰਾਸ ਠੀਕ ਹੈ ਹਾਰਡ ਕਲੇ ਤੇ ਗਲਾਸ ਤੇ ਇੱਕ ਹਾਰਡ ਕੋਟ ਫੇਰ ਆ ਜਾਏਗਾ ਦੁਬਾਰਤੋਂ ਠੀਕ ਹੈ ਨੈਕਸਟ ਤਾਂ ਆਪਸ਼ਨ ਆਪਣਾ ਇਹਦੇ ਵਿੱਚ ਤੁਹਾਨੂੰ ਪਤਾ ਹੈ ਬੀ ਆਪਸ਼ਨ ਦੇ ਵਿਲਮਡਨ ਕਾ ਪੁੱਛਿਆ ਸੀ ਉਹਨੇ ਤਾਂ ਗਰਾਸ ਕੋਟ ਦੇ ਵਿੱਚ ਆਜਗਾ ਨੈਕਸਟ ਵਿਚ ਸ਼ੈਡਿਊਲ ਲਿਸਟ ਦੀ ਲੈਂਗੁਏਜਿਸ ਆਫ ਇੰਡੀਆ ਰਿਕੋਗਨਾਈਜ਼ਡ ਬਾਈ ਇੰਡੀਅਨ ਕਨਸਟੀਟਿਊਸ਼ਨ ਤਾ ਤੁਹਾਨੂੰ ਪਤਾ ਹੈ ਜਿਹੜੇ ਆਪਣੇ ਅਫੀਸ਼ੀਅਲ ਲੈਂਗੁਏਜਿਸ ਨੇ ਇੰਡੀਆ ਦੇ ਸੰਵਿਧਾਨ ਦੇ ਵਿੱਚ ਤਾਂ ਉਹ ਕਹਿੰਦਾ ਕਿਹੜੇ ਸ਼ੈਡਿਊਲ ਦੇ ਵਿੱਚ ਡਿਫਾਈਨ ਕੀਤੀਆਂ ਹੋਈਆਂ ਨੇ ਤਾਂ 8ਵੇਂ ਸ਼ੈਡਿਊਲ ਦੇ ਵਿੱਚ ਡਿਫਾਈਨ ਕੀਤਾ ਜਾਂਦਾ ਸੀ ਆਪਸ਼ਨ 8ਥ ਸ਼ੈਡਿਊਲ ਦੇ ਉੱਤੇ ਤੁਸੀਂ ਟਿਕ ਲਾਉਂਗੇ ਜੇਕਰ ਤੁਸੀਂ ਨੇ ਪਾਲਟੀ ਬਹੁਤ ਚੰਗੀ ਤਰੀਕੇ ਨਾਲ ਪੜ੍ਹੀ ਹੈ ਤਾਂ ਤੁਹਾਨੂੰ ਇਹ ਕੁਐਸਚਨ ਦਾ ਆਨਸਰ ਪਤਾ ਹੋਊਗਾ ਵੀ ਜਿਹੜੇ ਆਪਣੇ ਅਫੀਸ਼ੀਅਲ ਲੈਂਗੁਏਜਿਸ ਨੇ ਆਪਣੇ ਸੰਵਿਧਾਨ ਦੇ ਬੇਸਿਕਲੀ ਕਿਹੜੇ ਪਾਰਟ ਦੇ ਵਿੱਚ ਆਂਦੇ ਨੇ ਤਾਂ ਮੈਨੂੰ ਪਾਰਟ ਦੱਸੋ ਠੀਕ ਹੈ ਨਾ ਜਿਹੜੇ ਮੈ ਰੈਗੂਲਰ ਸਟੂਡੈਂਟਸ ਨੇ ਉਹਨਾਂ ਨੂੰ ਬਹੁਤ ਡਰ ਉਹਨਾਂ ਕੋਲ ਹੈਗਾ ਤਾਂ ਹੋਪ ਕਰਦਾ ਤੁਸੀਂ ਕਮੈਂਟ ਸੈਕਸ਼ਨ ਵਿੱਚ ਆ ਕੇ ਕਮੈਂਟ ਕਰ ਸਕਦੇ ਹੋ ਤਾਂ ਪਾਠ ਕਿਸ ਦੇ ਵਿੱਚ ਹੈਗਾ ਬੇਸਿਕਲੀ 8ਵੇਂ ਜਿਵੇਂ ਸ਼ਡਿਊਲ ਹੈ ਤਾਂ ਪਾਠ ਕਿਹੜਾ ਹੈਗਾ ਓਕੇ ਨੈਕਸਟ ਵੇਅਰ ਇਜ਼ ਦੀ ਮਰੀਨਾ ਟ੍ਰੈਂਚ ਲੋਕੇਟਿਡ ਤਾਂ ਜਦੋਂ ਆਪਾਂ ਨੇ ਪਹਿਲਾਂ ਓਸ਼ੀਅਨ ਕਿਤੇ ਸੀਗੇ ਵਿਚਾਰ ਓਸ਼ੀਅਨ ਦੇ ਵਿੱਚ ਸਭ ਤੋਂ بڑا ਓਸ਼ੀਅਨ ਪੈਸੀਫਿਕ ਓਸ਼ੀਅਨ ਉਸ ਦੇ ਸਭ ਤੋਂ ਡੀਪੈਸਟ ਜਿਹੜਾ ਪੁਆਇੰਟ ਸੀਗਾ ਤਾਂ ਮਰੀਨਾ ਟ੍ਰੈਂਚ ਸੀਗਾ ਤਾਂ ਦੈਟਸ ਵਾਈ ਏ ਆਪਸ਼ਨ ਪੈਸੀਫਿਕ ਓਸ਼ੀਅਨ ਦੇ ਉੱਤੇ ਤੁਸੀਂ ਟਿਕ ਲਾਉਂਗੇ ਤਾਂ ਇਸ ਦਿਨ ਨਾਲ ਆਪਣੇ ਪੰਜ ਸੈੱਟ ਕੰਪਲੀਟ ਹੋ ਚੁੱਕੇ ਨੇ ਤਾਂ ਹੋਪ ਕਰਦਾ ਤੁਹਾਨੂੰ ਕੁਐਸ਼ਨਸ ਦੀ ਕਲੈਕਸ਼ਨ ਬਹੁਤ ਅੱਛੀ ਲੱਗ ਰਹੀ ਹੋਵੇਗੀ ਸਾਰੇ ਕੁਐਸ਼ਨਸ ਆਪਣੇ ਪੰਜਾਬ ਦੇ ਪ੍ਰੀਵੀਅਸ ਇਅਰ ਦੇ ਹੀ ਕੁਐਸ਼ਨ ਨੇ ਤਾਂ ਬੱਸ ਵੀਡੀਓਜ਼ ਨੂੰ ਧਿਆਨ ਦੇ ਨਾਲ ਦੇਖੋ ਤੇ ਜਿਆਦਾ ਤੋਂ ਜਿਆਦਾ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਵੀਡੀਓਜ਼ ਨੂੰ ਵੀ ਤਾਂ ਜੋ ਹਰ ਇੱਕ ਸਟੂਡੈਂਟ ਜਿਹੜਾ ਆਪਣਾ ਪੰਜਾਬ ਦਾ ਹੈਗਾ ਵੀ ਉਹ ਨੂੰ ਇੱਕ ਅੱਛੀ ਨੌਲੇਜ ਮਿਲ ਸਕੇ ਤੇ ਉਹ ਵੀ ਇੱਕ ਗਵਰਨਮੈਂਟ ਜੌਬ ਲੈ ਸਕੇ ਤਾਂ ਥੈਂਕ ਯੂ एवरीवन ਫਾਰ ਵਾਚਿੰਗ ਮਾਈ ਕੰਪਲੀਟ ਵੀਡੀਓ